ਸੋਈ ਸਵੇਰ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਦੋਸਤੋ, ਪੰਜਾਬੀ ਸਾਹਿਤ ਅਤੇ ਪੰਜਾਬੀ ਨਾਵਲ ਦੇ ਖੇਤਰ ਦੇ ਵਿੱਚ ਸਰਦਾਰ ਅਵਤਾਰ ਸਿੰਘ ਬਲਿੰਗ ਜੀ ਕਿਸੇ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਉਹਨਾਂ ਦੇ ਨਾਵਲਾਂ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਉਹਨਾਂ ਨੂੰ ਪੇਂਡੂ ਖੇਤਰ ਅਤੇ ਉਸ ਨਾਲ ਜੁੜੀਆਂ ਸਮੱਸਿਆਵਾਂ ਦਾ ਡੂੰਘਾ ਗਿਆਨ ਹੈ, ਡੂੰਘਾ ਅਨੁਭਵ ਹੈ। ਉਹਨਾਂ ਦੇ ਰਚਨਾਵਾਂ ਨੂੰ ਢਾਹਾਂ ਪ੍ਰਾਈਜ਼ ਫੋਰ ਪੰਜਾਬੀ ਲਿਟਰੇਚਰ, ਸ਼੍ਰੋਮਣੀ ਪੁਰਸਕਾਰ, ਇਸ ਤੋਂ ਇਲਾਵਾ ਕਈ ਹੋਰ ਮਾਣ ਸਨਮਾਨ ਵੀ ਮਿਲੇ ਨੇ। ਅੱਜ ਉਹਨਾਂ ਦੇ ਸਾਹਿਤਕ ਜੀਵਨ ਦੇ ਝਾਤ ਮਾਰਾਂਗੇ। ਸਵਾਗਤ ਅਵਤਾਰ ਜੀ ਤੁਹਾਡਾ ਸਾਡੇ ਪ੍ਰੋਗਰਾਮ ਦੇ। ਬਹੁਤ ਮਿਹਰਬਾਨੀ ਜੀ ਸੂਹੀ ਸਵੇਰ ਦਾ ਅਤੇ ਉਸ ਦੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਤਾਂ ਇੱਕ ਰਵਾਇਤੀ ਸਵਾਲ ਹੈ, ਤੁਹਾਡੇ ਪਿਛੋਕੜ ਬਾਰੇ ਦਰਸ਼ਕਾਂ ਨੂੰ ਅਤੇ ਆਪਣੇ ਪਾਠਕਾਂ ਨੂੰ ਜ਼ਰੂਰ ਦੱਸੋ, ਅਤੇ ਨਾਲ ਹੀ ਤੁਸੀਂ ਇਹ ਦੱਸੋ ਕਿ ਸਾਹਿਤ ਵੱਲ ਤੁਹਾਡਾ ਝੁਕਾਅ ਕਿਵੇਂ ਅਤੇ ਕਦੋਂ ਹੋਇਆ? ਹਰਜੀਤ ਸਿੰਘ ਜੀ, ਮੇਰਾ ਪਿਛੋਕੜ ਜਿਹੜਾ ਹੈਗਾ ਉਹ ਛੋਟੀ ਕਿਰਸਾਣੀ ਦਾ ਪਿਛੋਕੜ ਹੈਗਾ ਜੀ, ਅਤੇ ਮਤਲਬ ਥੋੜ੍ਹੀ ਜ਼ਮੀਨ ਬਾਰੇ ਜਿਹੜੇ ਲੋਕ ਨੇ ਪੰਜਾਬ ਦੇ ਵਿੱਚ ਖੇਤੀ ਕਰਨ ਵਾਲੇ, ਉਸ ਪਰਿਵਾਰ ਦੇ ਨਾਲ ਮੇਰਾ ਸੰਬੰਧ ਹੈ। ਅਤੇ ਮੇਰਾ ਜਿਹੜਾ ਜੀਵਨ ਹੈ ਪਹਿਲੇ 60 ਸਾਲ ਉਹ ਸਾਰੇ ਮੈਂ ਮਤਲਬ ਬਚਪਨ ਤੋਂ ਲੈ ਕੇ ਖੇਤੀ ਦੇ ਨਾਲ, ਮੈਂ ਪਿੰਡ ਦੇ ਨਾਲ ਮਤਲਬ ਮੈਂ ਬਹੁਤ ਚੰਗੀ ਤਰ੍ਹਾਂ ਜੁੜਿਆ ਰਿਹਾ ਜੀ। ਅਤੇ ਦੂਜਾ ਤੁਹਾਡਾ ਜਿਹੜਾ ਇਸ ਦੇ ਵਿੱਚ ਅਗਲਾ ਕੁਐਸਚਨ ਸਵਾਲ ਦੇ ਵਿੱਚ ਹੈਗਾ ਕਿ ਮੈਂ ਸਾਹਿਤ ਵੱਲ ਕਿਵੇਂ ਆਇਆ? ਹਾਂਜੀ ਹਾਂਜੀ, ਸਾਹਿਤ ਵੱਲ ਇਹ ਜਦੋਂ ਮੈਂ ਮਤਲਬ ਬਚਪਨ ਤੋਂ ਹੀ ਮੈਨੂੰ ਜਿਹੜਾ ਸ਼ੌਕ ਸੀ ਨਾ ਮਤਲਬ ਪੜ੍ਹਨ ਦਾ ਜਾਂ ਸੁਣਨ ਦਾ, ਕੰਨ ਰਸ ਦਾ ਜੀ, ਮੇਰੇ ਪਿੰਡ ਦੇ ਵਿੱਚ ਜਦੋਂ ਮੈਂ ਬੱਚਾ ਸੀ, ਇੱਕ ਤਾਂ ਮੇਰੇ ਪਿਤਾ ਜੀ ਸਰਦਾਰ ਨਰੰਗ ਸਿੰਘ ਉਹ ਸ਼ੌਕ ਵਜੋਂ ਕਵੀਸ਼ਰੀ ਕਰਦੇ ਸੀ ਜੀ, ਕਿੱਤਾ ਉਹਨਾਂ ਦਾ ਖੇਤੀਬਾੜੀ ਸੀ, ਅਤੇ ਪਰ ਉਹ ਮਤਲਬ ਕਵਿਤਾ ਸ਼ੌਕ ਵਜੋਂ ਆਪਣੇ ਸਾਥੀਆਂ ਦੇ ਨਾਲ, ਨੇੜਲੇ ਪਿੰਡ ਦੇ ਉਹਨਾਂ ਦੇ ਜਿਹੜੇ ਸਾਥੀ ਸੀ, ਉਹਨਾਂ ਦੇ ਜਿਹੜੇ ਉਸਤਾਦ ਸੀ ਸਰਦਾਰ ਜਰਨੈਲ ਸਿੰਘ ਨਰਾਲਾ, ਉਹ ਲਿਖ ਕੇ ਉਹਨਾਂ ਨੂੰ ਦੇ ਦਿੰਦੇ ਸੀ, ਅਤੇ ਉਹ ਖੇਤੀ ਕਰਦੇ ਕਰਦੇ ਹੀ ਉਹ ਜਿਹੜੇ ਲੰਬੀਆਂ ਕਵਿਤਾਵਾਂ ਯਾਦ ਕਰ ਲੈਂਦੇ ਸੀ, ਅਤੇ ਫਿਰ ਉਹਨਾਂ ਉਦੋਂ ਬਿਨਾਂ ਕਿਸੇ ਸਾਜ਼ ਤੋਂ ਜ਼ਬਾਨੀ ਯਾਦ ਕਰਕੇ ਉਹ ਗਾਉਣ ਦਾ ਉਹਨਾਂ ਦਾ ਸ਼ੌਕ ਹੁੰਦਾ ਸੀ ਜੀ। ਕਦੇ ਕਦਾਈ ਉਹ ਕਿਸੇ ਪਿੰਡਾਂ ਦੇ ਵਿੱਚ ਇੱਦਾਂ ਜਾ ਆਉਂਦੇ ਸੀ, ਅਤੇ ਹੁਣ ਉਹ ਘਰ ਦੇ ਵਿੱਚ ਵੀ ਇਹ ਮਾਹੌਲ ਹੁੰਦਾ ਸੀ, ਉਹ ਉਦੋਂ ਕਵਿਤਾ ਪੜ੍ਹਦੇ ਰਹਿੰਦੇ ਸੀ। ਅਤੇ ਫਿਰ ਜਦੋਂ ਮੈਂ ਬਚਪਨ ਦੇ ਵਿੱਚ ਮੇਰਾ ਨਾ ਜ਼ਿਆਦਾ ਖੇਡਣ ਦਾ ਸ਼ੌਕ ਨਹੀਂ ਸੀ, ਅਤੇ ਮੈਂ ਛੋਟੇ ਛੋਟੇ, ਮੇਰੇ ਪਿੰਡ ਦਾ ਇੱਕ ਬਜ਼ੁਰਗ ਨੱਥਾ ਸਿੰਘ ਸੀ, ਮੈਂ ਜਦੋਂ ਛੋਟਾ ਜਿਹਾ ਸੀ, ਸਾਡੇ ਪਿੰਡ ਦੇ ਜਿਹੜਾ ਮੇਰਾ ਪਿੰਡ ਹੈਗਾ ਸੇ ਪਿੰਡ ਹੈ, ਇਸ ਪਿੰਡ ਦਾ ਨਾਮ ਜ਼ਿਲ੍ਹਾ ਲੁਧਿਆਣੇ ਦਾ ਜੀ, ਅਤੇ ਉੱਥੇ ਸਾਡੇ ਪਿੰਡ ਗੁਰਦੁਆਰੇ ਦੇ ਸਾਹਮਣੇ ਇੱਕ ਬਰੋਟਾ ਸੀ, ਅਤੇ ਉੱਥੇ ਉਹ ਬਜ਼ੁਰਗ ਬੈਠੇ ਹੁੰਦੇ ਸੀ, ਉਹਨਾਂ ਨੇ ਮੈਨੂੰ ਮਤਲਬ ਕਹਾਣੀਆਂ ਬਾਤਾਂ ਪਿੰਡ ਦਾ ਇਤਿਹਾਸ ਸੁਣਾਉਣਾ, ਜਾਂ ਫਿਰ ਇਸੇ ਤਰ੍ਹਾਂ ਇੱਕ ਸਾਡੇ ਗਿਆਨੀ ਹਰਾ ਸਿੰਘ ਸੀ ਗੁਰਦੁਆਰੇ ਦੇ ਵਿੱਚ, ਜਦੋਂ ਉਹ ਕੀਰਤਨ ਆਪਣੇ ਸੁਬਹਾ ਸ਼ਾਮ ਕਰਦੇ ਸੀ, ਕਦੇ ਕਦੇ ਮੈਨੂੰ ਉਹਨਾਂ ਨੇ ਇੱਕ ਦੋ ਸ਼ਬਦ ਮੈਨੂੰ ਕਹਿਣਾ ਤੂੰ ਪੜ੍ਹ ਮੇਰੇ ਨਾਲ। ਅਤੇ ਇਸੇ ਤਰ੍ਹਾਂ ਇੱਕ ਸਾਡੇ ਪਿੰਡ ਦੇ ਵਿੱਚ ਮਿਸਤਰੀ ਰੁੜਦਾ ਸਿੰਘ ਹੁੰਦਾ ਸੀ, ਜਦੋਂ ਮੈਂ ਥੋੜ੍ਹਾ ਵੱਡਾ ਹੋਇਆ ਉਹ ਮਤਲਬ ਮੈਨੂੰ ਲੰਬੀਆਂ ਕਹਾਣੀਆਂ ਸੁਣਾਉਂਦੇ ਸੀ, ਅਤੇ ਬਹੁਤ ਲੰਬੀਆਂ ਲੰਬੀਆਂ ਉਹਦੇ ਕਾਰਖਾਨੇ ਉਹਨਾਂ ਕੋਲ ਜਾ ਬੈਠਣਾ, ਅਤੇ ਉਹ ਪੜ੍ਹੇ ਲਿਖੇ ਹੈਗੇ ਸੀ ਉਸ ਜ਼ਮਾਨੇ ਦੇ ਵਿੱਚ, ਉਹ ਟੀਚਰ ਲੱਗ ਸਕਦੇ ਸੀ ਪਰ ਉਹਨਾਂ ਨੇ ਆਪਣੇ ਕਿੱਤੇ ਨੂੰ ਪਹਿਲ ਦਿੱਤੀ ਸੀ। ਉਹ ਜਿਵੇਂ ਹਾਤਮਤਾਈ ਦੀਆਂ ਕਹਾਣੀਆਂ, ਅਰਬ ਦੀਆਂ ਰਾਤਾਂ ਦੀਆਂ ਕਹਾਣੀਆਂ ਇੱਦਾਂ ਸੁਣਾਉਂਦੇ ਸੀ। ਅਤੇ ਫਿਰ ਸਾਡੇ ਸਕੂਲ ਦੇ ਵਿੱਚ ਮਾਸਟਰ ਕਸ਼ਮੀਰਾ ਸਿੰਘ ਸੀ ਜਿਹੜੇ ਸਾਡੇ, ਉਹ ਮਤਲਬ ਸਾਨੂੰ ਉਹਨਾਂ ਨੂੰ ਕੋਈ ਛੋਟਾ ਜਿਹਾ ਇੱਕ ਟਰੰਕ ਹੁੰਦਾ ਸੀ, ਉਹ ਤੀਜੀ ਚੌਥੀ ਤੋਂ ਜਦੋਂ ਅਸੀਂ ਚੰਗੀ ਤਰ੍ਹਾਂ ਪੜ੍ਹਨ ਲੱਗ ਗਏ, ਤੀਜੀ ਚੌਥੀ ਪੰਜਵੀਂ ਦੇ ਵਿੱਚ, ਸਾਨੂੰ ਉਹਨਾਂ ਨੇ ਇੰਨੀਆਂ ਕਹਾਣੀਆਂ ਦੀਆਂ, ਕਵਿਤਾ ਦੀਆਂ, ਨਾਟਕ ਦੀਆਂ ਕਿਤਾਬਾਂ ਸਾਨੂੰ ਪੜ੍ਹਾਈਆਂ। ਮੇਰੇ ਖਿਆਲ 100 ਤੋਂ ਉੱਤੇ ਕਿਤਾਬ ਸੀ ਧਨਵੰਤ ਸਿੰਘ ਸੀਤਲ ਦੀ ਜਾਂ ਹੋਰ ਕਹਾਣੀਆਂ ਕਿਤਾਬਾਂ ਉਹਨਾਂ ਲੇਖਕਾਂ ਦੀਆਂ ਪੜ੍ਹੀਆਂ, ਅਤੇ ਰਸਾਲੇ ਹੁੰਦੇ ਸੀ ਬਾਲ ਦਰਬਾਰ ਅਤੇ ਬਾਲ ਸੰਦੇਸ਼, ਉਹ ਸਾਨੂੰ ਉਹ ਪੜ੍ਹਾਉਂਦੇ ਸੀ ਅਤੇ ਦੂਜੇ ਦਿਨ ਸੁਣਦੇ ਸੀ। ਜਦੋਂ ਮੈਂ 8ਵੀਂ 9ਵੀਂ ਦੇ ਵਿੱਚ ਹੋਇਆ, ਅਤੇ ਜਿਹੜਾ ਸਾਡੇ ਨੇੜੇ ਨੈਸ਼ਨਲ ਹਾਈ ਸਕੂਲ ਮਾਨੂਪੁਰ ਸੀ ਜੀ, ਉੱਥੇ ਸਾਡੇ ਟੀਚਰ ਸੀ ਜਿਹੜੇ ਮਹਿੰਦਰ ਸਿੰਘ ਮਾਨੂਪੁਰੀ, ਉਹ ਹੁਣ ਵੀ ਵੱਡੇ ਸਾਹਿਤ, ਬਾਲ ਸਾਹਿਤ ਲੇਖਕ ਨੇ, ਉਹਨਾਂ ਨੇ ਸਾਨੂੰ ਮਤਲਬ ਇਸ ਪਾਸੇ ਜੋੜਿਆ। ਉਹ ਕਲਾਸ ਦੇ ਵਿੱਚ ਪੰਜਾਬੀ ਪੜ੍ਹਾਉਂਦੇ ਸੀ, ਅਤੇ ਨਾਲ ਉਹ ਫਿਰ ਕਹਾਣੀਆਂ ਵੀ ਸੁਣਾਉਂਦੇ ਸੀ, ਨਾਵਲਾਂ ਦੀਆਂ ਜਾਂ ਦੂਜੀਆਂ, ਅਤੇ ਕਦੇ ਕਦੇ ਆਪਣੀ ਲਿਖੀ ਹੋਈ ਕਹਾਣੀ ਵੀ ਸੁਣਾਉਂਦੇ ਸੀ। ਇੱਕ ਵਾਰੀ ਉਹਨਾਂ ਨੇ ਸਾਨੂੰ ਆਪਣੇ ਪਿੰਡ ਦੇ ਇੱਕ ਇੱਕ ਕਰਕੇ, ਮੇਰੇ ਪਿੰਡ ਦੇ ਅਨਘੜ ਨਮੂਨੇ, ਆਪਣੇ ਪਿੰਡ ਦੇ ਕਿਰਤੀਆਂ ਬਾਰੇ, ਕਿਸਾਨਾਂ ਬਾਰੇ, ਕਾਰੀਗਰਾਂ ਬਾਰੇ ਅੱਡ ਅੱਡ ਸ਼ਬਦ ਚਿੱਤਰ ਸੁਣਾਏ। ਅਤੇ ਜਦੋਂ ਮੈਂ ਕਾਲਜ ਦੇ ਵਿੱਚ ਗਿਆ 11ਵੀਂ ਜਮਾਤ AS ਕਾਲਜ ਖੰਨਾ, ਤਾਂ ਮੈਂ ਸੋਚਿਆ ਵੀ ਉੱਦਾਂ ਦੀ ਕਹਾਣੀ ਤਾਂ ਮੈਂ ਵੀ ਲਿਖ ਸਕਦਾ। 1969-70 ਦੇ ਵਿੱਚ ਮੈਂ ਪਹਿਲੀ ਕਹਾਣੀ 100 ਬਾਪ ਦੀ ਲਿਖੀ, ਜਿਹੜੀ ਮੇਰੇ ਪਿੰਡ ਦੇ ਇੱਕ ਦਰਜੀ ਬਾਰੇ ਸੀ, ਜਿਹੜਾ ਬੜਾ ਰੰਗੀਲਾ ਸੀ, ਬੜਾ ਫੁਰਤੀਲਾ ਸੀ,
ਅਤੇ ਬੜਾ ਹਸਮੁਖ ਸੀ। ਅਤੇ ਇਸੇ ਤਰ੍ਹਾਂ ਇੱਕ ਸਾਡੇ ਪੰਚ ਸੀ ਪਿੰਡ ਦੇ ਵਿੱਚ, ਉਹ ਦਲਿਤ ਬਰਾਦਰੀ ਦੇ ਵਿੱਚੋਂ ਸੀ। ਫਿਰ ਉਸ ਦੇ ਬਾਰੇ ਮੈਂ ਇੱਕ ਅੰਗਰੇਜ਼ੀ 'ਚ ਕਹਾਣੀ ਲਿਖੀ, ਉਹਦਾ ਨਾਂ ਹੈ ਦਾ ਪੰਚ ਸੀ। ਇੱਦਾਂ ਮਤਲਬ ਮੇਰਾ ਜਿਹੜਾ ਇਸ ਪਾਸੇ ਸਾਹਿਤ ਦੇ ਵੱਲ ਮੇਰਾ ਮਤਲਬ ਝੁਕਾਅ ਹੋ ਗਿਆ। ਅੱਛਾ, ਤੁਸੀਂ ਸ਼ੁਰੂਆਤ ਜਿਹੜੀ ਉਹ ਕਹਾਣੀ ਤੋਂ ਕੀਤੀ, ਪਰ ਸਥਾਪਿਤ ਤੁਸੀਂ ਇੱਕ ਚੰਗੇ ਨਾਵਲਕਾਰ ਵਜੋਂ ਹੋਏ ਹੋ, ਫਿਰ ਕਹਾਣੀ ਤੋਂ ਨਾਵਲ ਵੱਲ ਕਿਵੇਂ ਆਏ? ਹਾਂਜੀ, ਮੈਂ ਜਿਹੜੇ ਕਹਾਣੀਆਂ ਦੇ, ਫਿਰ ਕਾਫੀ ਦੇਰ ਮੇਰਾ ਕਹਾਣੀ ਦਾ ਕੋਈ ਮਤਲਬ ਛਪੀ ਨਹੀਂ ਹੈ। 1987 ਦੇ ਵਿੱਚ ਜਾ ਕੇ ਕਿਤੇ ਮੇਰੀ ਪਹਿਲੀ ਕਹਾਣੀ ਪੰਜਾਬੀ ਟ੍ਰਿਬਿਊਨ 'ਚ ਛਪੀ। ਫਿਰ ਮੇਰੀਆਂ ਕਹਾਣੀਆਂ ਸਿਰਜਣਾ ਦੇ ਵਿੱਚ, ਲਕੀਰ ਦੇ ਵਿੱਚ, ਪ੍ਰੀਤਲੜੀ ਦੇ ਵਿੱਚ, ਅਤੇ ਮਹਿਰਮ ਅਕਸ ਵਗੈਰਾ ਸਾਰੇ ਰਸਾਲਿਆਂ ਦੇ ਵਿੱਚ ਛਪਣ ਲੱਗੀਆਂ। ਅਤੇ ਮੇਰਾ ਈਵਨ ਮੇਰੇ 4 ਕਹਾਣੀ ਸੰਗ੍ਰਹਿ ਮੈਂ ਲਿਖੇ, ਜਿਸ ਆਪਣਾ ਖੂਨ, ਨਿਆਜ਼, ਅਤੇ ਉਸ ਤੋਂ ਬਾਅਦ ਪੱਛੋਂ ਦੀ ਹਵਾ, ਅਤੇ ਤਿਉਹਾਰ ਦਾ ਦਿਨ। ਇੱਦਾਂ ਮਤਲਬ 4 ਕਹਾਣੀ ਸੰਗ੍ਰਹਿ ਲਿਖੇ। ਅਤੇ ਫਿਰ ਕਹਾਣੀ ਲਿਖਦੇ ਲਿਖਦੇ ਮੈਨੂੰ ਮੇਰੇ ਟੀਚਰਾਂ ਨੇ, ਖਾਸ ਕਰਕੇ ਮੈਨੂੰ ਮੇਰੇ ਟੀਚਰ ਤਾਂ ਨਹੀਂ, ਮੈਨੂੰ ਉਤਸ਼ਾਹ ਦੇਣ ਵਾਲੇ ਸੀ ਉਹ ਜਸਵੰਤ ਸਿੰਘ ਬਿਰਦੀ, ਉਹਨਾਂ ਨੇ ਮੇਰੀ ਆਪਣਾ ਖੂਨ ਦਾ ਮੁਖਬੰਧ ਲਿਖਿਆ ਸੀ ਜੀ। ਉਹਨਾਂ ਨੇ ਮੈਨੂੰ ਕਿਹਾ ਤੂੰ ਨਾਵਲ ਲਿਖ। ਡਾਕਟਰ ਰਘਬੀਰ ਸਿੰਘ ਸਿਰਜਣਾ ਨੇ ਵੀ ਕਿਹਾ ਵੀ ਤੂੰ ਨਾਵਲ ਲਿਖ। ਉਹ ਸਿਰਜਣਾ 'ਚ ਮੇਰੀਆਂ ਕਹਾਣੀਆਂ ਛਾਪਦੇ ਸੀ। ਮਹਿੰਦਰ ਸਿੰਘ ਮਾਨੂਪੁਰੀ ਨੇ ਵੀ ਮੇਰੀਆਂ ਕਹਾਣੀਆਂ ਪੜ੍ਹਦੇ ਸੀ, ਉਹਨੇ ਵੀ ਕਿਹਾ ਨਾਵਲ ਲਿਖ ਸਕਦਾ ਤੂੰ। ਅਤੇ ਮੈਂ ਇੱਕ ਨਾਵਲ ਲਿਖਿਆ ਫਿਰ, ਅਤੇ ਉਹ ਨਾਵਲ ਹੈਗਾ ਸੀ ਨਿਰੰਜਣ ਮਸ਼ਾਲਚੀ। ਅਤੇ ਉਹ ਨਾਵਲ ਦੀ ਇੰਨੀ ਜ਼ਿਆਦਾ ਚਰਚਾ ਹੋਈ ਕਿ ਫਿਰ ਮਤਲਬ ਮੈਨੂੰ ਕਹਾਣੀ ਔੜਨ ਤੋਂ ਹਟ ਗਈ ਜਿਹੜਾ ਹੈ ਸੀ, ਮਤਲਬ ਮੈਂ ਫਿਰ ਉਸ ਪਾਸੇ ਚੱਲ ਪਿਆ। ਕਹਾਣੀ ਵੀ ਲਿਖੀ ਤੁਸੀਂ, ਨਾਵਲ ਵੀ ਲਿਖੇ ਨੇ, ਬਾਲ ਸਾਹਿਤ ਵੀ ਲਿਖਿਆ, ਹੈ ਨਾ, ਕਿਹੜੀ ਚੀਜ਼ ਤੁਹਾਨੂੰ ਸੌਖੀ ਲੱਗੀ? ਹਾਂਜੀ, ਮੇਰੇ ਕੋਲ ਬਾਲ ਸਾਹਿਤ ਦੀਆਂ ਵੀ ਮੇਰੀਆਂ 3 ਪੁਸਤਕਾਂ ਹੈਗੀਆਂ ਨੇ, ਜਿਹਦੇ ਵਿੱਚ ਆਨੇ ਦੀ ਅਕਲ, ਚਾਚਾ ਚੇਤੂ ਦਾ ਇਸ਼ਨਾਨ, ਜੇ ਤੁਰਾਂਗੇ ਤਾਂ ਮੰਜ਼ਲਾਂ ਮਾਰਾਂਗੇ, ਇੱਦਾਂ ਦਾ ਮਤਲਬ। ਇੱਦਾਂ ਹੀ ਜਿਵੇਂ ਤੁਸੀਂ ਕਹੋ, ਹੁਣ ਮੇਰੇ ਨਾਵਲ, ਮੇਰੇ 7 ਨਾਵਲ ਤਾਂ ਛਪੇ ਹੋਏ ਨੇ ਜੀ। ਜੇ ਆਪਾਂ ਨਾਂ ਵੀ ਲੈ ਦਈਏ, ਜਿਵੇਂ ਨਿਰੰਜਣ ਮਸ਼ਾਲਚੀ, ਖੇੜੇ ਸੁੱਖ ਵਿਹੜੇ ਸੁੱਖ, ਇਹਨਾਂ ਰਾਹਾਂ ਉੱਤੇ ਪੱਤ ਕਮਲਾ ਗਏ, ਦੀਵੇ ਜਗਦੇ ਰਹਿਣਗੇ, ਖਾਲੀ ਖੂਹਾਂ ਦੀ ਕਥਾ, ਗੁਲਾਬੀ ਨਗ ਵਾਲੀ ਮੁੰਦਰੀ, ਅਤੇ ਈਵਨ ਜਿਹੜਾ ਮੇਰਾ ਨਾਵਲ ਹੁਣੇ ਬੜੀ ਜਲਦੀ ਛਪ ਰਿਹਾ ਉਹ ਹੈ ਰਿਜ਼ਕ ਜੀ। ਅਤੇ ਹੁਣ ਤੁਸੀਂ ਸਵਾਲ ਇਹ ਪੁੱਛਿਆ ਕਿ ਮੈਨੂੰ ਦੋਹਾਂ ਵਿਧਾਵਾਂ ਦੇ ਵਿੱਚੋਂ ਕਿਹੜੀ ਵਿਧਾ ਚੰਗੀ ਲੱਗਦੀ ਹੈ ਜਾਂ ਸੌਖੀ ਲੱਗਦੀ ਹੈ? ਦੇਖੋ, ਸੌਖਾ ਤਾਂ ਕੋਈ ਵੀ ਕੰਮ ਨਹੀਂ ਹੁੰਦਾ ਲਿਖਣਾ, ਖਾਸ ਕਰਕੇ ਜਿਹੜਾ ਚੰਗਾ ਸਾਹਿਤ ਲਿਖਣਾ ਉਹ ਸੌਖਾ ਨਹੀਂ ਹੁੰਦਾ ਜੀ। ਅਤੇ ਇਸ ਲਈ ਜਦੋਂ ਮੈਂ ਕਹਾਣੀ ਲਿਖਦਾ ਸੀ ਅਤੇ ਮੈਂ ਕਹਾਣੀਆਂ ਮਤਲਬ ਆਪਣੇ ਆਪ ਮੇਰੇ ਸਾਰੇ ਰਸਾਲਿਆਂ ਵਾਲੇ ਪ੍ਰਵਾਨ ਕਰਨ ਲੱਗਿਆ, ਬਹੁਤ ਜ਼ਿਆਦਾ ਛਪਦੀਆਂ ਸੀ। ਅਤੇ ਜਦੋਂ ਫਿਰ ਉਹ ਨਾਵਲ ਵਾਲੇ ਪਾਸੇ ਆ ਗਿਆ ਤਾਂ ਫਿਰ ਮੈਨੂੰ ਕਹਾਣੀਆਂ ਔੜਨ ਤੋਂ ਹਟ ਗਈਆਂ, ਮਤਲਬ ਮੈਨੂੰ ਕਹਾਣੀ, ਮੇਰੇ ਦਿਮਾਗ ਦੇ ਵਿੱਚ ਕਹਾਣੀ ਆਉਂਦੀ ਓ ਨਹੀਂ ਹੈ, ਅਤੇ ਨਾਵਲ ਹੀ ਆਉਂਦੀ, ਕਹਾਣੀ ਨਾਵਲ ਦੀ ਮੇਰੇ ਦਿਮਾਗ ਦੇ ਵਿੱਚ ਆ ਜਾਂਦੀ ਅਤੇ ਫਿਰ ਮੈਂ ਨਾਵਲ ਹੀ ਲਿਖ ਦਿੰਦਾ। ਅਤੇ ਔਖਾ ਦੇਖੋ, ਹੁਣ ਨਾਵਲ ਦੇ ਮੁਕਾਬਲੇ ਕਹਾਣੀ ਲਿਖਣੀ ਤਾਂ ਸਿਖਾਲੀ ਹੈ, ਥੋੜ੍ਹੇ ਸਮੇਂ 'ਚ ਲਿਖੀ ਜਾਂਦੀ ਹੈ, ਅਤੇ ਨਾਵਲ ਤਾਂ ਸਾਲਾਂ ਦਾ ਕੰਮ ਹੁੰਦਾ। ਮੈਂ 4 ਤੋਂ ਲੈ ਕੇ 5 ਸਾਲਾਂ ਦੇ ਵਿੱਚ ਜਾਂ ਨਾਵਲ ਲਿਖੇ ਨੇ, ਹਰ ਸਾਲ ਨਾਵਲ ਲਿਖ ਲੈਣਾ, ਲੈ ਕੇ ਰੱਖ ਦੇਣਾ, ਅਗਲੇ ਸਾਲ ਫਿਰ ਪੜ੍ਹਨਾ, ਫਿਰ ਦੁਬਾਰਾ ਲਿਖਣਾ, ਫਿਰ ਅਗਲੇ ਸਾਲ 3 ਵਾਰ ਲਿਖਣਾ। ਖੇੜੇ ਸੁੱਖ ਵਿਹੜੇ ਸੁੱਖ ਨਾਵਲ ਮੈਂ 2700 ਪੇਜ ਮੇਰੇ ਕੋਲ ਲਿਖਿਆ ਪਿਆ ਜੀ, 5 ਸਾਲਾਂ ਦੇ ਵਿੱਚ ਮੈਂ ਜਿਹੜਾ ਲਿਖਿਆ ਉਹਦੇ ਵਿੱਚੋਂ ਫਿਰ ਮੇਰੇ 400 ਪੇਜ ਛਪੇ ਹੋਏ ਨਿਕਲੇ ਸੀ। ਇਸੇ ਤਰ੍ਹਾਂ ਬਾਕੀ ਨਾਵਲਾਂ ਦੇ ਖਰੜੇ ਨੇ, ਮਤਲਬ ਮੈਂ ਨਾਵਲ ਨੂੰ ਤੱਟ ਫੱਟ ਨਹੀਂ ਲਿਖਦਾ ਹੈਗਾ, ਉਹਨੂੰ 3-4 ਸਾਲ ਉਸ ਨੂੰ ਲੱਗ ਜਾਂਦੇ ਨੇ। ਇਸ ਲਈ ਨਾਵਲ ਲਿਖਣਾ ਬੜਾ ਬਹੁਤ ਔਖਾ ਕੰਮ ਹੈ ਕਹਾਣੀ ਦੇ ਮੁਕਾਬਲੇ, ਸਮੇਂ ਦੇ ਹਿਸਾਬ ਨਾਲ। ਪਰ ਅੱਗੇ ਤੁਸੀਂ ਕੇਂਦਰਿਤ ਕਿਹੜੀ ਵਿਧਾ ਨਾਲ, ਵਿਧਾ 'ਤੇ ਕਰੋਗੇ ਜਾਂ ਤਿੰਨਾਂ ਨੂੰ ਬੈਲੈਂਸ ਬਣਾ ਕੇ ਚੱਲਣਾ ਚਾਹੁੰਦੇ ਹੋ? ਨਹੀਂ, ਮੇਰਾ ਹੁਣ ਮੈਂ ਨਾਵਲ ਹੀ ਲਿਖਦਾ ਹਾਂ, ਮੈਂ ਮਤਲਬ ਕਹਾਣੀ ਨਾਵਲ, ਕਹਾਣੀ ਤਾਂ ਮੈਂ 1997 ਤੋਂ ਬਾਅਦ ਕੋਈ ਨਹੀਂ ਲਿਖੀ ਹੈਗੀ। ਅਤੇ ਮੇਰੇ ਜਿਹੜੇ 4 ਸੰਗ੍ਰਹਿ ਦੀਆਂ ਕਹਾਣੀਆਂ ਨੇ ਉਹ ਸਿਰਫ ਮੇਰੀਆਂ ਉਹੀ ਮਤਲਬ 1997 ਤੱਕ ਦੀਆਂ ਹੀ ਕਹਾਣੀਆਂ ਨੇ, ਉਸ ਤੋਂ ਬਾਅਦ ਤਾਂ ਨਾਵਲ ਹੀ ਮੈਂ ਲਿਖੇ ਨੇ। ਮਤਲਬ ਮੈਂ ਨਾਵਲ ਨੂੰ ਹੀ ਆਪਣਾ ਮੁੱਖ ਜਿਹੜੀ ਵਿਧਾ ਹੈ ਉਹ ਲਿਖਣ ਦੀ ਬਣਾਈ ਹੋਈ ਹੈ। ਅੱਛਾ, ਅਤੇ ਗੱਲ ਕਰਦੇ ਨਾਵਲ ਦੀ, ਤੁਹਾਡਾ ਪਹਿਲਾ ਨਾਵਲ ਨਿਰੰਜਣ ਮਸ਼ਾਲਚੀ, ਜਿਹਨੇ ਕਿ ਤੁਹਾਨੂੰ ਇੱਕ ਵਧੀਆ ਨਾਵਲਕਾਰਾਂ ਦੇ ਵਿੱਚ ਲਿਆ ਕੇ ਖੜਾ ਕੀਤਾ, ਉਸ ਬਾਰੇ ਜ਼ਰੂਰ ਦੱਸੋ, ਅਤੇ ਉਹਦਾ ਅਨੁਭਵ ਕੀ ਤੁਹਾਡਾ ਆਪਣਾ ਸੀ? ਹਾਂਜੀ, ਨਿਰੰਜਣ ਮਸ਼ਾਲਚੀ ਜਿਹੜਾ ਹੈ, ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਬਚਪਨ ਤੋਂ 4 ਸਾਲ ਦੀ ਉਮਰ ਤੋਂ ਖੇਤੀ ਨਾਲ ਜੁੜਿਆ ਹੋਇਆ, ਮੇਰੇ ਪਿਤਾ ਜੀ ਮਤਲਬ ਖੇਤੀ ਕਰਨ ਵਾਲੇ ਘਰ ਦੇ ਵਿੱਚ ਇਕੱਲੇ ਸੀ, ਅਲੱਗ ਸੀ ਬਾਕੀ ਭਰਾਵਾਂ ਨਾਲੋਂ, ਅਤੇ ਉਹਨਾਂ ਨੂੰ ਫਿਰ ਮੈਂ ਘਰ ਦੇ ਵਿੱਚ ਸਭ ਤੋਂ ਵੱਡਾ ਸੀ, ਅਤੇ ਇਸ ਲਈ ਮੈਨੂੰ ਨਾਲ ਉਹਨਾਂ ਤੋਂ ਬਚਪਨ ਤੋਂ ਹੀ ਸਕੂਲ ਜਾਣ
ਈਵਨ ਪ੍ਰਾਇਮਰੀ 'ਚ ਪੜ੍ਹਦੇ ਸਮੇਂ ਜਾਂ ਉਸ ਤੋਂ ਪ੍ਰਾਇਮਰੀ 'ਚ ਦਾਖਲ ਹੋਣ ਤੋਂ ਪਹਿਲਾਂ ਵੀ ਨਾਲ ਕੰਮ ਕਰਾਉਣਾ ਪੈਂਦਾ ਸੀ। ਅਤੇ ਇਸ ਲਈ ਮੈਨੂੰ ਜਿਹੜਾ ਖੇਤੀ ਦਾ ਅਨੁਭਵ ਸੀ, ਜਿਹੜਾ ਪੇਂਡੂ ਸੱਭਿਆਚਾਰ ਦਾ, ਪੇਂਡੂ ਸਮਾਜ ਦਾ, ਪੇਂਡੂ ਆਰਥਿਕਤਾ ਦਾ ਅਤੇ ਪੇਂਡੂ ਕਿਸਾਨੀ ਦਾ, ਜਾਂ ਪਿੰਡ ਦੇ ਜਿਹੜੇ ਸੱਭਿਆਚਾਰ ਜਾਂ ਲੋਕ ਗੀਤ ਸੀ, ਜਾਂ ਪਿੰਡ ਪਿੰਡ ਕਿਵੇਂ ਗਾਉਂਦਾ ਸੀ, ਪਿੰਡ ਕਿਵੇਂ ਜਿਉਂਦਾ ਸੀ, ਅਤੇ ਉਹ ਮੈਨੂੰ ਸਾਰਾ ਬਚਪਨ ਤੋਂ ਲੈ ਕੇ ਮਤਲਬ ਮੇਰੇ ਮੈਨੂੰ ਬਹੁਤ ਜ਼ਿਆਦਾ ਅਨੁਭਵ ਸੀ। ਅਤੇ ਉਸ ਨਾਵਲ ਨੂੰ ਮੈਂ ਪਿੰਡ ਨੂੰ ਜਨਰਲ ਤਾਂ ਮੁੱਖ ਤੌਰ 'ਤੇ ਤਾਂ ਉਹ ਸਾਰੇ ਪਿੰਡ ਨੂੰ, ਪੰਜਾਬ ਦੇ ਪਿੰਡਾਂ ਨੂੰ ਬਿਆਨ ਕਰਦਾ, ਪਰ ਉਹ ਜਿਹੜੀ ਕਹਾਣੀ ਬਣਾਈ ਗਈ ਸੀ ਉਹ ਇੱਕ ਤਰ੍ਹਾਂ ਦੀ ਫਸਟ ਪਰਸਨ ਦੇ ਵਿੱਚ ਲਿਖਿਆ ਹੋਇਆ ਨਾਵਲ ਹੈ, ਉੱਤਮ ਪੁਰਖ ਦੇ ਵਿੱਚ ਲਿਖਿਆ, ਮੈਂ ਕਹਾਣੀ ਬੰਦਾ ਸੁਣਾ ਰਿਹਾ। ਅਤੇ ਉਹ ਪਰਿਵਾਰਕ ਜੀਵਨ ਦੀ ਕਹਾਣੀ ਹੈ, ਨਿਰੰਜਣ ਮਸ਼ਾਲਚੀ ਦੀ ਕਹਾਣੀ ਹੈ, ਅਤੇ ਮੇਰੇ ਪਿਤਾ ਅਤੇ ਮੇਰੀ ਮਾਤਾ ਦੀ ਕਹਾਣੀ ਹੈ। ਉਹ ਜਿਹੜੇ ਆਮ ਘਰਾਂ ਦੇ ਵਿੱਚ ਜੋ ਕੁਛ ਹੁੰਦਾ ਹੈਗਾ ਉਹ ਉਸ ਤਰ੍ਹਾਂ ਦੀ ਕਹਾਣੀ ਹੈ। ਉਸ ਨੂੰ ਕਿਉਂਕਿ ਉਹ ਨਾਵਲ ਇੰਨਾ ਜ਼ਿਆਦਾ ਉਸਨੇ ਟੋਟਲ ਪੰਜਾਬ ਦੇ ਪਿੰਡ ਨੂੰ, ਪੰਜਾਬ ਦੇ ਰੀਤੀ ਰਿਵਾਜ਼ਾਂ ਨੂੰ, ਪੰਜਾਬ ਦਾ ਜੋ ਵੀ ਸਾਡਾ ਕਲਚਰ ਸੀ, ਸੱਭਿਆਚਾਰ ਸੀ, ਜੋ ਸਮਾਜਿਕ ਜੀਵਨ ਸੀ, ਸਾਡਾ ਕਿਰਸਾਣੀ ਸਮਾਜ ਕਿਵੇਂ ਹਰੀ ਕ੍ਰਾਂਤੀ ਦੇ ਨਾਲ ਉੱਪਰ ਵੱਲ ਨੂੰ ਗਿਆ, ਉਹ ਸਾਡੇ ਹਰੀ ਕ੍ਰਾਂਤੀ ਦੀ ਜਾਂ ਪਿੰਡ ਦੇ ਖੁਸ਼ਹਾਲ ਹੋਣ ਦੀ ਕਹਾਣੀ ਹੈ। ਪਰ ਖੁਸ਼ਹਾਲੀ ਦੇ ਨਾਲ ਲੋਕਾਂ ਦੇ ਵਿੱਚ ਮਾਨਸਿਕ ਉਲਝਣਾਂ ਆਈਆਂ, ਉਹ ਉਸ ਦੇ ਨਾਲ ਜਿਹੜਾ ਹੈ ਲੋਕਾਂ ਦੇ ਵਿੱਚ ਜ਼ਿਆਦਾ ਤੜਫਣ ਭਟਕਣ ਆਈ, ਅਤੇ ਉਸ ਤੜਫਣ ਭਟਕਣ ਦੇ ਵਿੱਚੋਂ ਬੰਦਿਆਂ ਦੇ ਵਿੱਚ ਜਿਹੜਾ ਵਿਕਾਰ ਪੈਦਾ ਹੋਏ ਉਸ ਦੀ ਕਹਾਣੀ ਹੈ। ਇਸ ਲਈ ਉਹਨੂੰ ਹਰੇਕ ਬੰਦੇ ਪੜ੍ਹਨ ਵਾਲੇ ਨੇ ਇਹ ਮੰਨਿਆ ਕਿ ਇਹ ਮੇਰੇ ਮਾਤਾ ਪਿਤਾ ਦੀ ਕਹਾਣੀ ਹੈ, ਇਹ ਸਾਡੇ ਘਰ ਦੀ ਕਹਾਣੀ ਹੈ। ਅਤੇ ਇਸ ਲਈ ਉਹ ਉਸ ਨੂੰ ਮਤਲਬ ਬਹੁਤ ਜ਼ਿਆਦਾ ਵੱਡਾ ਹੁੰਗਾਰਾ ਮਿਲਿਆ ਸੀ। ਤੁਹਾਡਾ ਕੁਐਸਚਨ ਮੇਰੇ ਖਿਆਲ 'ਚ ਅਗਲਾ ਤੁਹਾਡਾ ਅਗਲੇ ਨਾਵਲ ਨਹੀਂ, ਹਾਂ ਉਹ ਹੈ ਜੀ ਅੱਗੇ ਹੈ ਕਿ ਪੱਤ ਕਮਲਾ ਗਏ ਨਾਵਲ ਬਾਰੇ ਆਪਾਂ ਗੱਲ ਕਰਾਂਗੇ। ਉਹਨਾਂ ਵੀ ਪਾਠਕਾਂ ਦਾ ਧਿਆਨ ਖਿੱਚਿਆ, ਤੁਹਾਨੂੰ ਨਵਾਂ ਜਵਾਨਾਂ ਨੇ ਉਹਦੇ ਲਈ ਪੁਰਸਕਾਰ ਵੀ ਦਿੱਤਾ, ਅਤੇ ਉਹਦੇ ਬਾਰੇ ਦਰਸ਼ਕਾਂ ਨੂੰ ਦੱਸੋ ਕਿ ਕਿਵੇਂ ਸਮਾਜਿਕ ਕੁਰੀਤੀਆਂ ਨੇ ਜਿਹੜਾ ਖਾਸ ਕਰਕੇ ਆਪਣਾ ਸਮਾਜ ਖੋਖਲਾ ਕੀਤਾ ਹੈ। ਹਾਂਜੀ, ਪੱਤ ਕਮਲਾ ਗਿਆ ਅਸਲ ਦੇ ਵਿੱਚ ਮੇਰਾ ਚੌਥਾ ਨਾਵਲ ਹੈ। ਜੋ ਤੁਸੀਂ ਅੱਜ ਦੇਖ ਰਹੇ ਹੋ ਉਹ ਮੈਂ ਬਤੌਰ ਰਾਈਟਰ ਜਾਂ ਨਾਵਲਕਾਰ ਦੇ ਤੌਰ 'ਤੇ 2000 ਤੋਂ ਬਾਅਦ ਹੀ ਦੇਖ ਲਿਆ ਸੀ ਸਮਾਜ ਦੇ ਵਿੱਚ, ਮਤਲਬ ਕਿਵੇਂ ਸਾਡੇ ਨੌਜਵਾਨਾਂ ਦੇ ਵਿੱਚ, ਚਾਹੇ ਉਹ ਕਿਰਤੀ ਵਰਗ ਦੇ ਨੌਜਵਾਨ ਸੀ, ਦਲਿਤ ਵਰਗ ਦੇ ਨੌਜਵਾਨ ਸੀ, ਚਾਹੇ ਉਹ ਕਿਰਸਾਣੀ ਦੇ ਵਿੱਚੋਂ ਸੀ, ਚਾਹੇ ਉਹ ਕਿਸੇ ਵੀ ਜਮਾਤ ਦੇ ਵਿੱਚੋਂ ਸੀ ਜਿਹਨੂੰ ਸਵਰਨ ਜਿਹੜੀਆਂ ਜਾਤੀਆਂ ਕਹਿੰਦੇ ਆ, ਚਾਹੇ ਉਹਨਾਂ ਦੇ ਵਿੱਚੋਂ ਸੀ ਵਿਚਾਰੇ ਮਜ਼ਦੂਰ ਬਣੇ ਹੋਏ, ਮਤਲਬ ਉਹਨਾਂ ਦੇ ਵਿੱਚ ਜਿਹੜੀ ਨਿਰਾਸ਼ਾ ਪੈਦਾ ਹੋਈ ਗ੍ਰੀਨ ਰੈਵੋਲਿਊਸ਼ਨ ਤੋਂ ਬਾਅਦ, ਗ੍ਰੀਨ ਰੈਵੋਲਿਊਸ਼ਨ ਦੇ ਜਦੋਂ ਉਹਦੇ ਵਿੱਚ ਪਤਨ ਆਇਆ ਉਸਦਾ, ਜਾਂ ਉਸ ਦੇ ਨਾਲ ਉਹਨੇ ਜਿਹੜਾ ਸਾਡੇ ਸਮਾਜ 'ਤੇ ਜਿਹੜਾ ਚੰਗੇ ਪ੍ਰਭਾਵ ਵੀ ਪਾਏ, ਤਬਦੀਲੀ ਹਮੇਸ਼ਾ ਚੰਗੀ ਹੁੰਦੀ ਹੈ, ਪਰ ਉਹਦੇ ਨਾਲ ਕੁਛ ਮਾੜੇ ਪ੍ਰਭਾਵ ਵੀ ਪਏ। ਅਤੇ ਉਹ ਜਿਹੜਾ ਹੈਗਾ ਉਹ ਪੱਤ ਕਮਲਾਗੇ ਦੇ ਵਿੱਚ ਵੀ ਉਹ ਇੱਕ ਤਰ੍ਹਾਂ ਦਾ ਮਤਲਬ ਸਿੰਬੋਲੀਕਲ ਟਾਈਟਲ ਹੈਗਾ ਪੱਤ ਕਮਲਾਗੇ ਬਾਗ ਦੇ। ਉਹ ਮਤਲਬ ਸਾਡੀ ਜਿਹੜੀ ਪਹਿਲੀ ਆਰਥਿਕਤਾ ਸੀ ਉਹ ਕਿਵੇਂ ਮਤਲਬ ਬਹੁਤ ਜ਼ਿਆਦਾ ਮਾੜੀ ਹੋ ਗਈ, ਨੌਜਵਾਨ ਨਿਰਾਸ਼ ਹੋ ਗਏ, ਸਾਰੇ ਕਿੱਤਿਆਂ ਵਾਲੇ ਲੋਕ ਨਿਰਾਸ਼ ਹੋ ਗਏ, ਅਤੇ ਉਹਨਾਂ ਨੂੰ ਸਾਡੇ ਨਵੇਂ ਭਾਰਤ ਦਾ ਉਹ ਫਾਇਦਾ ਨਹੀਂ ਮਿਲਿਆ ਜਿਹੜਾ ਮਿਲਣਾ ਚਾਹੀਦਾ ਸੀ। ਅਤੇ ਇਸ ਲਈ ਉਹ ਉਸਨੇ ਸਾਰਾ ਕੁਛ ਦਿਖਾਇਆ ਵੀ ਜਿਵੇਂ ਸਾਡੇ ਜਿਹੜੇ ਪੜ੍ਹੇ ਲਿਖੇ ਬੱਚੇ ਸੀ ਉਹਨਾਂ ਨੂੰ ਜਿਹੜੀਆਂ ਓਨੀਆਂ ਜੋਬਸ ਪੈਦਾ ਨਹੀਂ ਕੀਤੀਆਂ ਗਈਆਂ। ਗ੍ਰੀਨ ਰੈਵੋਲਿਊਸ਼ਨ ਦੇ ਨਾਲ ਸਾਡੀਆਂ ਫਸਲਾਂ ਦੇ ਵਿੱਚ ਬੜਾ ਵਾਧਾ ਹੋਇਆ, ਸਾਡੇ ਝਾੜ ਉਸ ਨੂੰ ਸਾਂਭਣ ਦੇ ਲਈ ਜਿਹੜਾ ਅਗਲਾ ਸਟੈਪ ਹੁੰਦਾ ਕਿਸੇ ਸਮਾਜ ਦੇ ਵਿੱਚ ਉਹ ਪਸ਼ੂ ਪਾਲਣ ਤੋਂ ਬਾਅਦ ਖੇਤੀਬਾੜੀ ਹੁੰਦਾ, ਖੇਤੀਬਾੜੀ ਤੋਂ ਜੋ ਖੇਤੀ ਦੇ ਵਿੱਚ ਪੈਦਾ ਹੁੰਦਾ ਉਸ ਤੋਂ ਬਣਨ ਵਾਲੀਆਂ ਚੀਜ਼ਾਂ ਕਾਰਖਾਨੇ ਲਾਉਣੇ ਹੁੰਦੇ ਨੇ। ਸਾਡੇ ਪਿੰਡਾਂ ਦੇ ਵਿੱਚ ਚਾਹੀਦਾ ਸੀ ਕਿ 3-4 ਪਿੰਡਾਂ ਦੇ ਵਿੱਚ ਇੱਕ ਕਾਰਖਾਨਾ ਲੱਗ ਜਾਂਦਾ। ਜਿਹੜੇ ਲੋਕ ਸਾਡੇ ਪੁਰਾਣੇ ਸਿਸਟਮ ਦੇ ਵਿੱਚੋਂ ਵਿਹਲੇ ਹੋ ਗਏ ਸੀ ਉਹ ਮਜ਼ਦੂਰੀ ਕਰਨ ਨੂੰ ਲੋਕ ਜਿਹੜੇ ਮਾਲਕ ਰਹੇ ਸੀ ਆਪ, ਚਾਹੇ ਉਹ ਕਿਸੇ ਕਾਰਖਾਨੇ ਦਾ ਮਾਲਕ ਰਿਹਾ ਸੀ, ਚਾਹੇ ਉਹ ਕਿਸੇ ਛੋਟੇ ਉਦਯੋਗ ਦਾ ਮਾਲਕ ਰਿਹਾ ਸੀ, ਚਾਹੇ ਉਹ ਕਿਰਸਾਣੀ ਦਾ ਮਾਲਕ ਰਿਹਾ ਸੀ, ਉਹ ਇੱਕ ਸਿੱਧੀ ਮਜ਼ਦੂਰੀ ਕਰਨ ਨੂੰ ਮਾੜੀ ਮੰਨਦਾ ਸੀ। ਜੇ ਉਹ 3-4 ਪਿੰਡਾਂ 'ਚ ਇੱਕ ਕਾਰਖਾਨਾ ਲੱਗਿਆ ਹੁੰਦਾ, ਚਾਹੇ ਸ਼ੈਲਰ ਲੱਗਿਆ ਹੁੰਦਾ, ਚਾਹੇ ਬਿਸਕੁਟ ਬਣਾਉਣ ਦਾ ਕਾਰਖਾਨਾ, ਉਹ ਖੇਤੀ ਆਧਾਰਿਤ ਕਾਰਖਾਨਾ ਲੱਗਿਆ ਹੁੰਦਾ, ਅਤੇ ਉੱਥੇ 1000 ਬੰਦਾ ਉਹਨਾਂ ਪਿੰਡਾਂ ਦੇ ਵਿੱਚੋਂ ਸੈੱਟ ਹੋ ਜਾਂਦਾ, ਅਤੇ ਉਹ ਸਾਡੇ ਇੱਦਾਂ ਦਾ ਸਮਾਜ ਨਹੀਂ ਸੀ ਹੋਣਾ, ਉਹਨਾਂ ਨੂੰ ਸਾਰਿਆਂ ਨੂੰ ਰੁਜ਼ਗਾਰ ਮਿਲ ਜਾਣਾ ਸੀ। ਪਰ ਹੋਇਆ ਕੀ ਕਿ ਗ੍ਰੀਨ ਰੈਵੋਲਿਊਸ਼ਨ ਨੇ ਇੱਕ ਵਾਰ ਝਲਕਾਰਾ ਦਿਖਾਇਆ,
ਕੱਚੇ ਪਿੰਡਾਂ ਤੋਂ ਪੱਕੇ ਬਣ ਗਏ, ਸਾਰੇ ਲੋਕਾਂ ਨੇ, ਮਜ਼ਦੂਰਾਂ ਨੇ ਵੀ, ਕਿਸਾਨਾਂ ਨੇ ਵੀ ਪੱਕੇ ਮਕਾਨ ਪਾ ਲਏ। ਉਹਨਾਂ ਨੇ ਸਾਈਕਲਾਂ ਤੋਂ ਮੋਟਰਸਾਈਕਲਾਂ 'ਤੇ ਆ ਗਏ, ਈਵਨ ਕਾਰਾਂ ਉੱਤੇ ਵੀ ਬਾਅਦ ਦੇ ਵਿੱਚ ਆ ਗਏ, ਪਰ ਰੁਜ਼ਗਾਰ ਪੱਖੋਂ ਸਾਰੇ ਪਿੱਛੇ ਚਲੇ ਗਏ। ਆਦਤਾਂ ਉਹਨਾਂ ਦੀਆਂ ਮਤਲਬ ਜ਼ਿਆਦਾ ਖਰਚ ਕਰਨ ਦੀਆਂ ਬਣ ਗਈਆਂ, ਸਹੂਲਤਾਂ ਉਹਨਾਂ ਨੇ ਇੱਦਾਂ ਦੀਆਂ ਲੈ ਲਈਆਂ, ਆਮਦਨ ਦੇ ਸਾਧਨ ਉਹਨਾਂ ਦੇ ਖਤਮ ਹੋ ਗਏ, ਆਮਦਨ ਉਹਨਾਂ ਨੂੰ ਕਿਸੇ ਪਾਸਿਓਂ ਪੈਦਾ ਨਹੀਂ ਹੋਈ, ਇਸ ਲਈ ਨਿਰਾਸ਼ਾ ਪੈਦਾ ਹੋਈ। ਬੱਚਿਆਂ ਨੂੰ ਚੰਗਾ ਪੜ੍ਹਨ ਤੋਂ ਬਾਅਦ ਜਿਹੜੀਆਂ ਨੌਕਰੀਆਂ ਸੀ, ਸਾਡੇ ਵੇਲੇ ਫਰਜ਼ ਕਰੋ ਅਸੀਂ ਜਦੋਂ ਕਰ ਸੀ, ਅਸੀਂ ਚਾਹੇ ਸਾਨੂੰ ਜੇ ਮੈਂ ਕਾਲਜ ਲੈਕਚਰਰ ਦੇ ਫਿੱਟ ਸੀ, ਮੈਨੂੰ ਸਕੂਲ ਲੈਕਚਰਰ ਦੀ ਜੋਬ ਤਾਂ ਮਿਲ ਗਈ, ਪਰ ਜਿਹੜੇ ਉਸ ਤੋਂ ਬਾਅਦ ਵਾਲੇ ਬੱਚੇ ਆਏ ਉਹਨਾਂ ਨੂੰ ਤਾਂ ਜਿਸ ਜੋਬ ਦੇ ਉਹ ਫਿੱਟ ਨੇ ਉੱਥੋਂ ਥੱਲੇ ਵਾਲੀ ਜੋਬ ਨਹੀਂ ਸੀ ਮਿਲਦੀ, ਅਤੇ ਉਹ ਨਿਰਾਸ਼ਾ ਹੋਣ ਦੇ ਨਾਲ ਉਹ ਨਸ਼ਿਆਂ ਵੱਲ ਗਏ, ਅਤੇ ਉਹ ਨਸ਼ਿਆਂ ਦੇ ਉਹਨੇ ਹਰ ਤਰ੍ਹਾਂ ਦੇ ਭਾਂਤ ਸਭਾਂ ਦੇ ਨਸ਼ੇ ਕੀਤੇ। ਅਤੇ ਜਿਹੜਾ ਪੱਤ ਕਮਲਾ ਗਿਆ ਨਾਵਲ ਹੈ, ਜੋ ਅਸੀਂ ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦਾ ਜ਼ੋਰ ਦੇਖਦੇ ਹਾਂ, ਉਹ 2002 ਦੇ ਵਿੱਚ ਮੈਂ ਇਸ ਨੂੰ ਦੇਖ ਲਿਆ ਸੀ ਕਿ ਸਾਡੇ ਨੌਜਵਾਨ ਕਿੱਧਰ ਨੂੰ ਜਾ ਰਹੇ ਨੇ, ਨਿਰਾਸ਼ਾ ਦੇ ਵਿੱਚੋਂ ਨਸ਼ੇ। ਦੂਜੀ, ਖੇਤੀ ਦੇ ਵਿੱਚ ਮਿਸਮੈਨੇਜਮੈਂਟ। ਸਾਡਾ ਜਿਹੜਾ ਕਿਸਾਨ ਸੀ ਉਹ ਆਪ ਕੰਮ ਕਰਨ ਤੋਂ ਹਟ ਗਿਆ, ਅਤੇ ਉਸਨੇ ਮਤਲਬ ਜਿਹੜਾ ਹੈਗਾ ਜ਼ਿਆਦਾ ਖਰਚੇ ਬਹੁਤ ਜ਼ਿਆਦਾ ਵਧਾਉਣ ਦੇ ਨਾਲ, ਜ਼ਿਆਦਾ ਮਜ਼ਦੂਰਾਂ ਉੱਤੇ ਉਸ ਨੂੰ ਨਿਰਭਰ ਹੋਣ ਦੇ ਨਾਲ, ਉਹ ਉਸਨੇ ਮਤਲਬ ਜਿਹੜਾ ਪ੍ਰਬੰਧ ਸੀ ਉਹ ਠੀਕ ਤਰੀਕੇ ਨਾਲ ਨਹੀਂ ਕਰ ਸਕਿਆ। ਤੀਜੀ ਗੱਲ, ਉਸਦੇ ਜਿਹੜੇ ਪਹਿਲਾਂ ਉਹ ਚੰਗੇ ਭਾਅ ਮਿਲਦੇ ਸੀ ਚੀਜ਼ਾਂ ਦੇ, ਪਰ ਫਿਰ ਜੋ ਚੀਜ਼ਾਂ ਉਸਨੇ ਖਰੀਦੀਆਂ ਸੀ, ਰੇਹ ਖਰੀਦਣਾ ਸੀ, ਸਪਰੇਅ ਖਰੀਦਣੀ ਸੀ ਜਾਂ ਜ਼ਮੀਨ ਜ਼ਬਤੀ 'ਤੇ ਲੈਣੀ ਸੀ, ਉਹ ਸਾਰੀ ਚੀਜ਼ ਦੇ ਭਾਅ ਵੱਧ ਗਏ। ਉਹ ਵਧਣ ਦੇ ਨਾਲ ਉਹ ਵਿਚਾਰੇ ਨੂੰ ਘਾਟਾ ਪੈਣ ਲੱਗਿਆ, ਇੱਕ ਉਹ ਆਪ ਕੰਮ ਕਰਨ ਤੋਂ ਕੰਨੀ ਕਤਰਾਉਣ ਲੱਗ ਗਿਆ, ਦੂਜਾ ਉਹ ਉਹਨੇ ਆਪਣੇ ਖਰਚੇ ਵਧਾ ਲਏ, ਤੀਜਾ ਉਸ ਬੰਦੇ ਨੇ ਜਿਹੜਾ ਹੈਗਾ ਸੀ ਉਹਦਾ ਠੀਕ ਤਰੀਕੇ ਨਾਲ ਪ੍ਰਬੰਧ ਕਰਨ ਤੋਂ ਹਟ ਕੇ ਜਦੋਂ ਆਪ ਉੱਥੋਂ ਜਾਣਾ ਨਹੀਂ ਹੈਗਾ, ਅਤੇ ਉਹਦੇ ਨਾਲ ਫਿਰ ਸਾਡੇ ਨਿਰਾਸ਼ਾ ਹੀ ਨਿਰਾਸ਼ਾ, ਨੌਜਵਾਨਾਂ ਦੇ ਵੱਲ ਵੀ ਅਤੇ ਵੱਡਿਆਂ ਦੇ ਵੱਲ ਵੀ, ਛੋਟਿਆਂ ਦੇ ਵੱਲ ਵੀ। ਉਹ ਨਿਰਾਸ਼ਾ ਦਾ ਆਲਮ ਜਿਹੜਾ ਛਾਇਆ ਪੱਤ ਕਮਲਾ ਗਿਆ ਨਾਵਲ, ਚਾਹੇ ਉਹ ਸਾਡੀ ਬ੍ਰਾਹਮਣ ਜਮਾਤ ਸੀ, ਚਾਹੇ ਮਤਲਬ ਕਾਸ਼ਤਕਾਰ ਸੀ, ਗੈਰ ਕਾਸ਼ਤਕਾਰ ਸੀ, ਹਰ ਤਰ੍ਹਾਂ ਦੇ, ਉਹਨਾਂ ਦੀ ਨਿਰਾਸ਼ਾ ਨੂੰ ਦਿਖਾਉਂਦਾ ਨਾਵਲ ਹੈ ਜੀ। ਕਿਆ ਬਾਤ! ਅੱਛਾ, ਖੇੜੇ ਸੁੱਖ ਵਿਹੜੇ ਸੁੱਖ ਦੀ ਗੱਲ ਕਰੀਏ ਜੀ, ਅਤੇ ਸੁਣਨ 'ਚ ਆਇਆ ਕਿ ਤੁਸੀਂ ਆਪਣੇ ਵਡੇਰਿਆਂ ਦੇ ਮੰਗਵੇਂ ਅਨੁਭਵ 'ਤੇ ਉਹ ਲਿਖਿਆ, ਉਸ ਬਾਰੇ ਤੁਸੀਂ? ਖੇੜੇ ਸੁੱਖ ਵਿਹੜੇ ਸੁੱਖ ਨਾਵਲ ਅਸਲ 'ਚ ਮੇਰਾ ਦੂਜਾ ਨਾਵਲ ਹੈ। ਹਾਂਜੀ, ਜਿਵੇਂ ਕਿ ਇਸ ਦਾ ਤੁਸੀਂ ਇਹਦੇ ਨਾਂ ਤੋਂ ਹੀ ਸਮਝ ਲਓਗੇ, ਖੇੜੇ ਸੁੱਖ ਤਾਂ ਵਿਹੜੇ ਸੁੱਖ ਜੀ, ਜੇ ਪਿੰਡ ਸੁਖੀ ਹੈ ਤਾਂ ਤੁਹਾਡਾ ਘਰ ਸੁਖੀ ਹੈ। ਉਹ ਨਾਵਲ 19ਵੀਂ ਸਦੀ ਦੇ ਅਖੀਰ ਤੋਂ ਲੈ ਕੇ 20ਵੀਂ ਸਦੀ ਦੇ ਮਤਲਬ ਅੱਧ ਤੱਕ ਦੇ ਪੰਜਾਬੀ ਸਾਂਝੇ ਜੀਵਨ ਨੂੰ ਦਿਖਾਉਂਦਾ, ਜਿਹਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ ਸਾਰੇ ਇਕੱਠੇ ਵੱਸਦੇ ਸੀ, ਅਤੇ ਸਾਰੀਆਂ ਜਿਹੜੇ ਕਾਸ਼ਤਕਾਰ, ਗੈਰ ਕਾਸ਼ਤਕਾਰ, ਸਾਰਾ ਪਿੰਡ ਆਤਮ ਨਿਰਭਰ ਸੀ। ਬੇਸ਼ੱਕ ਉਹ ਜਗੀਰੂ ਕਲਚਰ ਸੀ, ਅਤੇ ਜਗੀਰੂ ਕਲਚਰ ਦੇ ਵਿੱਚ ਬਹੁਤ ਗੱਲਾਂ ਮਾੜੀਆਂ ਵੀ ਸੀ, ਉਹਦੇ ਵਿੱਚ ਵਿਗਾਰ ਸੀ, ਉਹਦੇ ਵਿੱਚ ਛੂਆਛੂਤ ਸੀ, ਉਹਦੇ ਵਿੱਚ ਅਨਪੜ੍ਹਤਾ ਸੀ, ਉਹਦੇ ਵਿੱਚ ਗਰੀਬੀ ਸੀ, ਉਹਦੇ ਵਿੱਚ ਬਿਮਾਰੀ ਸੀ, ਉਸ ਦੇ ਵਿੱਚ ਧੌਂਸ ਦਿਖਾਉਣ ਦਾ ਚੌਧਰਪਣਾ ਸੀ, ਪਰ ਉਹਦੇ ਵਿੱਚ ਬੜੀਆਂ ਗੱਲਾਂ ਚੰਗੀਆਂ ਵੀ ਸੀ ਕਿ ਸਾਡਾ ਜਿਹੜਾ ਪਿੰਡ ਸੀ ਉਹ ਆਤਮ ਨਿਰਭਰ ਸੀ, ਸਾਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਸੀ ਪੈਂਦੀ, ਤੁਹਾਨੂੰ ਸਾਰੀਆਂ ਚੀਜ਼ਾਂ ਪਿੰਡ ਦੇ ਵਿੱਚੋਂ ਮਿਲ ਜਾਂਦੀਆਂ ਸੀ, ਅਤੇ ਸਾਰੇ ਲੋਕ ਮਤਲਬ ਕੰਮ ਕਰਨ ਦੇ ਨਾਲ ਨਾਲ ਗਾਉਂਦੇ ਸੀ। ਪਿੰਡ ਦੇ ਵਿੱਚ ਮਾਈਆਂ ਵੀ ਗਾਉਂਦੀਆਂ ਸੀ ਕੰਮ ਕਰਦੀਆਂ, ਦੁੱਧ ਰਿੜਕਦੀਆਂ, ਖੇਤਾਂ ਦੇ ਵਿੱਚ ਜੱਟ ਵੀ ਗਾਉਂਦੇ ਸੀ, ਮਜ਼ਦੂਰ ਵੀ ਗਾਉਂਦੇ ਸੀ, ਮਤਲਬ ਉਹ ਆਪਣੇ ਆਪ ਨਾਲ ਸੈਟਿਸਫਾਈਡ ਸੀ, ਬੇਸ਼ੱਕ ਉਹ 'ਚ ਤਬਦੀਲੀ ਨਾ ਮਾਤਰ ਸੀ। ਅਤੇ ਉਹ ਸਮੂਹਿਕ ਜੀਵਨ ਸੀ ਜਿਹੜਾ, ਸਾਰੀ ਜਿਹੜੀ ਖੇਤੀ ਸੀ ਉਹ ਆਪਾਂ ਉਹਨੂੰ ਕਹਾਂਗੇ ਜਿਹੜੀ ਔਰਗੈਨਿਕ ਫਾਰਮਿੰਗ ਸੀ, ਉਹਦੇ ਵਿੱਚ ਖਰਚਾ ਨਾ ਮਾਤਰ ਹੁੰਦਾ ਸੀ, ਉਹ ਆਪਣੇ ਆਪ ਉੱਗਣ ਵਾਲੀ ਜ਼ਮੀਨ ਸੀ, ਆਪਣੇ ਆਪ ਉਹ ਜਿਹੜੀ ਹੈਗੀ ਸੀ ਉਪਜਾਊ ਹੋਈ ਜਾਂਦੀ ਸੀ, ਮਤਲਬ ਉਹ ਇੱਦਾਂ ਦਾ ਸਿਸਟਮ ਸੀ। ਪਰ ਉਸ ਸਿਸਟਮ ਨੂੰ ਅਸੀਂ ਜੇ ਚਾਹੀਦਾ ਸੀ ਕਿ ਉਹਦੇ ਵਿੱਚ ਤਬਦੀਲੀ ਆਉਂਦੀ, ਉਸ ਨੂੰ ਸੰਭਾਲਿਆ ਜਾਂਦਾ ਤਾਂ ਕਿ ਲੰਬਾ ਸਮਾਂ ਉਹ ਰਹਿ ਸਕਦੀ। ਸਾਨੂੰ ਸਾਡੇ 'ਤੇ ਗ੍ਰੀਨ ਰੈਵੋਲਿਊਸ਼ਨ ਜਿਹੜਾ ਆਇਆ ਉਸਨੇ ਇੱਕ ਵਾਰ ਝਲਕਾਰਾ ਦਿਖਾਇਆ, ਅਤੇ ਉਹਦੀਆਂ ਜਿਹੜੀਆਂ ਮਾੜੀਆਂ ਅਲਾਮਤਾਂ ਪੈਦਾ ਹੋਈਆਂ ਉਹਨੇ ਬੜੇ ਨੁਕਸਾਨ ਕੀਤੇ। ਖੇੜੇ ਸੁੱਖ ਵਿਹੜੇ ਸੁੱਖ ਉਸ ਪਿੰਡ ਨੂੰ ਦਿਖਾਉਂਦਾ ਜਿਹੜਾ ਆਤਮ ਨਿਰਭਰ ਹੈ, ਜਿਹੜਾ ਕਿੰਨੇ ਸਦੀਆਂ ਤੋਂ ਇੱਕੋ ਜਿਹਾ ਹੀ ਰਿਹਾ, ਪਰ ਉਹਦੇ ਵਿੱਚ ਸਾਂਝਾ ਸੱਭਿਆਚਾਰ ਹੈ, ਇੱਕ ਦੂਜੇ ਲੋਕ ਨਿਰਭਰ ਨੇ, ਇੱਕ ਦੂਜੇ ਦੀ ਮਦਦ ਕਰਦੇ ਨੇ, ਆਪਸੀ ਭਾਈਚਾਰਾ ਹੈਗਾ, ਅਤੇ ਇੱਦਾਂ ਦਾ ਹੈਗਾ। ਇਸ ਤੋਂ ਬਾਅਦ ਜਿਹੜੇ ਫਿਰ ਅਗਲੇ ਨਾਵਲ ਨੇ, ਜਿਵੇਂ ਸਾਡਾ ਸਮਾਜ ਕਿਵੇਂ ਬਦਲ ਜਾਂਦਾ, ਉਹ ਉਸ ਨੂੰ ਦੱਸਾਉਂਦੇ ਨੇ। ਅਤੇ ਕਿਸੇ ਰਚਨਾ ਲਈ ਅਧਿਐਨ ਕਰਨਾ, ਉਹਦਾ ਅਨੁਭਵ ਕਰਨਾ ਕਿੰਨਾ ਕੁ ਜ਼ਰੂਰੀ ਹੈ, ਜਾਂ ਸਿਰਫ ਕਲਪਨਾ ਦੇ ਆਧਾਰ 'ਤੇ ਹੀ ਆਪਾਂ ਕਿਸੇ ਰਚਨਾ ਦੀ ਸਿਰਜਣਾ ਕਰ ਸਕਦੇ ਹਾਂ? ਨਹੀਂ, ਦੇਖੋ ਜਦੋਂ ਅਸੀਂ
ਨਾਵਲ ਦੀ ਸਿਰਜਣਾ ਦਾ ਕੁਐਸਚਨ ਹੈਗਾ, ਇੱਕ ਤਾਂ ਹੁੰਦਾ ਅਨੁਭਵ, ਜਾਣਕਾਰੀ ਹੋਣੀ। ਅਨੁਭਵ ਤੁਹਾਡਾ ਆਪਣਾ ਵੀ ਹੋ ਸਕਦਾ, ਕਿਸੇ ਕੋਲੋਂ ਮੰਗਵਾ ਵੀ ਲਿਆ ਜਾ ਸਕਦਾ। ਦੂਜਾ ਹੁੰਦਾ ਅਨੁਭਵ ਨੂੰ ਪੇਸ਼ ਕਰਨਾ ਕਹਾਣੀ ਦੇ ਰੂਪ ਦੇ ਵਿੱਚ, ਕਲਪਨਾ ਨਾਲ ਆਪਣੇ ਤਰੀਕੇ ਨਾਲ ਪੇਸ਼ ਕਰਨਾ, ਉਸ ਨੂੰ ਇੱਕ ਮਕਾਨ ਨੂੰ ਢਾਹ ਕੇ ਆਪਣੇ ਤਰੀਕੇ ਨਾਲ ਬਣਾਉਣਾ, ਜਿਵੇਂ ਇਸ ਤਰ੍ਹਾਂ ਹੁੰਦਾ। ਮਤਲਬ ਉਹ ਇਸ ਤਰ੍ਹਾਂ ਫਿਰ ਉਹਦੇ ਵਿੱਚ ਹੁੰਦਾ ਤੁਹਾਡਾ ਨਾਵਲ ਦੇ ਵਿੱਚ ਇੱਕ ਹੁੰਦਾ ਵਿਜ਼ਨ। ਵਿਜ਼ਨ ਮਤਲਬ ਦ੍ਰਿਸ਼ਟੀ, ਰਾਈਟਰ ਕਹਿਣਾ ਕੀ ਚਾਹੁੰਦਾ, ਅੰਡਰ ਉਹਦੇ ਅੰਦਰੋਂ ਉਹਦਾ ਗੁੱਝਾ ਸੁਨੇਹਾ ਕੀ ਹੈ। ਸਿੱਧਾ ਸੁਨੇਹਾ ਨਹੀਂ, ਗੁੱਝਾ, ਮਤਲਬ ਰਚਨਾ ਦੇ ਵਿੱਚ ਕੀ ਉਹ ਮਾਨਵਵਾਦੀ ਬੰਦਾ, ਕੀ ਉਹ ਸਮਾਜ ਨੂੰ ਕੋਈ ਸੇਧ ਦੇ ਰਿਹਾ, ਕੋਈ ਉਹਦੀ ਜਿਹੜੀ ਰਚਨਾ ਹੈਗੀ ਹੈ ਜਾਂ ਉਹ ਐਵੇਂ ਹੀ ਆਪਣੇ ਆਪ ਨੂੰ ਖੁਸ਼ ਕਰਨ ਲਈ ਲਿਖ ਰਿਹਾ। ਮਤਲਬ ਦੇਖਣਾ ਇਹ ਹੁੰਦਾ ਕਿ ਉਹ ਸਮਾਜ ਨੂੰ ਕੋਈ, ਮਤਲਬ ਅੱਜ ਦੇ ਨਾਵਲ ਦੇ ਵਿੱਚ ਸਿੱਧਾ ਸੁਨੇਹਾ ਨਹੀਂ ਦਿੱਤਾ ਜਾਂਦਾ। ਮਤਲਬ ਨਾਵਲ ਆਪਣੇ ਆਪ ਦੇ ਵਿੱਚ ਸਿੰਬੋਲੀਕਲੀ, ਮਤਲਬ ਚਿੰਨ੍ਹ ਦੇ ਤੌਰ 'ਤੇ ਜਾਂ ਬਹੁਤ ਧੀਮੇ ਸੁਰ ਦੇ ਵਿੱਚ ਉਹ ਕੋਈ ਗੱਲ ਕਹਿੰਦਾ, ਉਹ ਸੂਝਵਾਨ ਪਾਠਕ ਆਪਣੇ ਆਪ ਸਮਝ ਲੈਂਦੇ ਨੇ। ਜਿਵੇਂ ਹੁਣ ਖੇੜੇ ਸੁੱਖ ਵਿੜੇ ਸੁੱਖ ਦੇ ਜਵਾਬ ਦੇ ਵਿੱਚ ਮੈਂ ਆਪਣਾ ਨਾਵਲ ਲਿਖਿਆ ਸੀ ਖਾਲੀ ਖੂਹਾਂ ਦੀ ਕਥਾ। ਖਾਲੀ ਖੂਹਾਂ ਦੀ ਕਥਾ ਇਹ ਦਰਸਾਉਂਦਾ ਕਿ 100 ਸਾਲਾਂ ਦੇ ਵਿੱਚ ਸਾਡਾ ਜਿਹੜਾ ਪਿੰਡ ਸੀ, ਆਤਮ ਨਿਰਭਰ ਪਿੰਡ ਸੀ, ਆਪਸ ਵਿੱਚ ਹੀ ਬਹੁਤ ਰਲ ਮਿਲ ਕੇ ਰਹਿਣ ਵਾਲਾ ਪਿੰਡ ਸੀ, ਸਮੂਹਕ ਜੀਵਨ ਸੀ, ਉਹ ਨਿੱਜ ਤੱਕ ਸੀਮਿਤ ਕਿਵੇਂ ਹੋ ਗਿਆ। ਉਸ ਪਿੰਡ ਦੇ ਵਿੱਚ ਜਿਹੜਾ ਹੈ ਉਹ ਖਾਲੀ ਸਮਾਜਿਕ ਪੱਖੋਂ, ਪਰਿਵਾਰਕ ਪੱਖੋਂ, ਮਤਲਬ ਜਿਹੜਾ ਹੈਗਾ ਜਿਨਸੀ ਪੱਖੋਂ, ਜਿਹੜਾ ਉਹ ਬੰਜਰ ਕਾਹਤੇ ਹੋ ਗਿਆ ਉਹਦੇ ਵਿੱਚ। ਮਤਲਬ ਜੇ ਹੁਣ ਅਸੀਂ ਦੇਖਦੇ ਹਾਂ ਖੂਹ ਵੀ ਖਾਲੀ ਹੋ ਗਏ, ਪਾਣੀ ਵੀ ਘਾਟ ਆ ਗਈ, ਜੇ ਕੁਦਰਤ ਦਾ ਵਿਗਾੜ ਆਇਆ, ਕੁਦਰਤ ਦੇ ਵਿਗਾੜ ਦੇ ਆਉਣ ਨਾਲ ਸਮਾਜ 'ਚ ਵਿਗਾੜ ਆਇਆ, ਸਰੀਰਾਂ ਦੇ ਵਿੱਚ ਵਿਗਾੜ ਆਇਆ। ਸਾਡੇ ਕੋਲ ਤੁਸੀਂ ਦੇਖਦੇ ਹੋ ਕਿ ਜਿਹੜੇ ਹੈਗੇ ਕਿਰਤ ਸੱਭਿਆਚਾਰ ਖਤਮ ਹੋ ਗਿਆ। ਸਾਡੇ ਲੋਕ ਜਿਵੇਂ ਪਹਿਲੇ 50 ਸਾਲ ਪੁਰਾਣੇ ਪਿੰਡ ਦੇ ਵਿੱਚ ਕੰਮ ਕਰਦੇ ਸੀ, ਉੱਦਾਂ ਕੰਮ ਨਹੀਂ ਕਰਦੇ ਸਾਡੇ। ਉਹਨਾਂ ਨੂੰ ਨਾ ਮਤਲਬ ਇਹ ਗ੍ਰੀਨ ਰੈਵੋਲਿਊਸ਼ਨ ਦੇ ਆਉਣ ਦੇ ਨਾਲ ਉਹਨੇ ਲੋਕਾਂ ਨੂੰ ਵਿਹਲੇ ਕਰ ਦਿੱਤਾ, ਕਿਉਂਕਿ ਉਹਨਾਂ ਨੂੰ ਹੋਰ ਕੰਮ ਨਹੀਂ ਮਿਲੇ। ਉਸ ਸਿਸਟਮ ਦਾ ਨੁਕਸ ਹੈ, ਅਤੇ ਉਹ ਕਿਰਤ ਸੱਭਿਆਚਾਰ ਦਾ ਖਤਮ ਹੋਣਾ, ਉਸ ਦੇ ਨਾਲ ਮਿੱਟੀ ਨਾਲੋਂ ਲੋਕਾਂ ਦਾ ਟੁੱਟਣਾ। ਅਤੇ ਈਵਨ ਤੁਸੀਂ ਦੇਖੋ ਸੈਰੋਗੇਸ਼ਨ ਸੈਂਟਰ ਸ਼ਹਿਰਾਂ ਦੇ ਵਿੱਚ ਜਿਹੜੇ ਖੁੱਲ੍ਹੇ ਹੋਏ ਨੇ, ਅਤੇ ਸਾਡੇ ਤਾਂ ਨੌਜਵਾਨ ਮਤਲਬ ਫਿਰ ਉਹਨਾਂ ਦੇ ਵਿੱਚ ਉਪਜਾਊ ਸ਼ਕਤੀ ਖਤਮ ਹੋ ਗਈ। ਜੇ ਧਰਤੀ ਖਰਾਬ ਹੋ ਰਹੀ ਹੈ, ਖੂਹ ਖਾਲੀ ਹੋ ਰਹੇ ਨੇ, ਕੁਦਰਤ ਖਤਮ ਹੋ ਰਹੀ ਹੈ, ਵਣ ਬੂਟੇ ਖਤਮ ਹੋ ਰਹੇ ਨੇ, ਅਤੇ ਨਾਲ ਆਦਮੀ ਵੀ ਅੰਦਰੋਂ ਉਹਦੀ ਜਿਹੜੀ ਬੱਚੇ ਪੈਦਾ ਕਰਨ ਦੀ ਸ਼ਕਤੀ ਆ ਉਹ ਵੀ ਖਤਮ ਹੋ ਗਈ। ਉਹ ਅਸੀਂ ਹੁਣ ਦੇ ਪੰਜਾਬ 'ਚ ਦੇਖ ਰਹੇ ਹਾਂ, ਉਹ ਸਾਰੀਆਂ ਗ੍ਰੀਨ ਰੈਵੋਲਿਊਸ਼ਨ ਦੀਆਂ ਅਲਾਮਤਾਂ ਨੇ, ਮਾੜੇ ਪ੍ਰਭਾਵ ਨੇ ਉਹ। ਇਹ ਸਾਡਾ ਮਤਲਬ ਇੰਨੇ ਸਮੇਂ ਦੇ ਵਿੱਚ ਖਾਲੀ ਖੂਹਾਂ ਦੇ ਇਹ ਸਮੇਂ ਦਾ ਸਾਨੂੰ ਮਿੱਟੀ ਨਾਲੋਂ ਤੋੜਨਾ, ਕਿਰਤ ਨਾਲੋਂ ਤੋੜਨਾ, ਉਹ ਸਾਡੇ ਸਿਸਟਮ ਦੇ ਵਿੱਚੋਂ ਹੀ ਸਾਰਾ ਕੁਝ ਨਿਕਲਿਆ ਹੈ। ਅਤੇ ਜਦੋਂ ਜੀ ਢਾਹਾਂ ਪ੍ਰਾਈਜ਼ ਸ਼ੁਰੂ ਹੋਇਆ ਤਾਂ ਪਹਿਲਾ ਪ੍ਰਾਈਜ਼ ਹੀ ਤੁਹਾਡੀ ਝੋਲੀ ਆਇਆ ਖਾਲੀ ਖੂਹਾਂ ਦੀ ਕਥਾ ਲਈ। ਇਸ ਤੋਂ ਇਲਾਵਾ ਤੁਹਾਨੂੰ ਹੋਰ ਕਿਹੜੇ ਕਿਹੜੇ ਮਾਣ ਸਨਮਾਨ, ਕਿਹੜੀ ਕਿਤਾਬ ਲਈ ਅਤੇ ਕਦੋਂ ਪ੍ਰਾਪਤ ਹੋਏ? ਹਾਂਜੀ, ਇੱਕ ਤਾਂ ਮੈਨੂੰ ਜਿਹੜਾ ਇਹ ਕੈਨੇਡਾ ਇੰਡੀਆ ਸੁਸਾਇਟੀ ਵੱਲੋਂ, ਵੈਨਕੂਵਰ ਕੈਨੇਡਾ ਵੱਲੋਂ ਜਿਹੜਾ ਸ਼ੁਰੂ ਕੀਤਾ ਗਿਆ ਸੀ ਇਨਾਮ ਢਾਹਾਂ ਪ੍ਰਾਈਜ਼ ਫਾਰ ਪੰਜਾਬੀ ਲਿਟਰੇਚਰ, ਉਹ ਮੇਰੇ ਨਾਵਲ ਖਾਲੀ ਖੂਹਾਂ ਦੀ ਕਥਾ ਨੂੰ 2014 ਦੇ ਵਿੱਚ ਮਿਲਿਆ। ਅਤੇ ਇਹ $25,000 ਦਾ ਇਨਾਮ ਸੀ, ਔਰ ਇਸ ਦੀ ਬੜੀ ਚਰਚਾ ਹੋਈ। ਇਸ ਤੋਂ ਬਿਨਾਂ ਵੀ ਮੈਨੂੰ ਮਤਲਬ ਪੰਜਾਬੀ ਦੇ ਵਿੱਚ ਜਿਹੜੇ ਆਲੋਚਕਾਂ ਵੱਲੋਂ, ਬੜਾ ਪਾਠਕਾਂ ਵੱਲੋਂ ਬਹੁਤ ਚੰਗਾ ਹੁੰਗਾਰਾ ਮਿਲਿਆ। ਅਤੇ ਉਹ ਇੱਕ ਤਰ੍ਹਾਂ ਦਾ ਜਿਹੜੇ ਇਨਾਮ ਨੇ ਉਹ ਰਾਈਟਰ ਦੇ ਲਈ ਸ਼ਾਬਾਸ਼ ਹੁੰਦੇ ਨੇ। ਮੈਨੂੰ ਸ਼ੁਰੂ ਤੋਂ ਹੀ ਮਤਲਬ ਇਸ ਪੱਖੋਂ ਬੜੀ ਹੱਲਾਸ਼ੇਰੀ ਮਿਲਦੀ ਰਹੀ ਹੈ, ਹਾਲਾਂਕਿ ਮੈਂ ਘਰ ਦੇ ਵਿੱਚ ਬੈਠ ਕੇ ਬੈਠਣ ਵਾਲਾ ਬੰਦਾ ਸੀ, ਬੈਠ ਕੇ ਲਿਖਣ ਵਾਲਾ ਬੰਦਾ ਸੀ। ਸ਼ੁਰੂ ਦੇ ਵਿੱਚ ਮੈਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਿੰਨੇ ਇਨਾਮ ਮਿਲੇ ਨੇ। ਮੇਰੀ ਕਹਾਣੀ ਜੈਲੋ ਨੂੰ 1995 ਦੇ ਵਿੱਚ ਬੈਸਟ ਸਟੋਰੀ ਦਾ ਇਨਾਮ ਮਿਲਿਆ ਸੀ। ਅਤੇ ਫਿਰ ਇੱਕ ਬਾਲ ਸਾਹਿਤ ਦਾ ਖਰੜਾ ਸੀ, ਸੂਰਜ ਨਹੀਂ ਛਿਪਦਾ, ਉਸ ਨੂੰ 1998 ਦੇ ਜਾਂ ਇੱਥੇ ਕਿਤੇ ਉਸ ਨੂੰ ਵੀ ਦੂਜਾ ਸਰਵੋਤਮ ਪੁਸਤਕ ਇਨਾਮ ਮਿਲਿਆ ਸੀ, ਖਰੜੇ ਨੂੰ ਦਿੰਦੇ ਸੀ। ਅਤੇ ਫਿਰ ਮੇਰੇ ਨਿਰੰਜਨ ਮਸ਼ਾਲ ਜੀ ਤੋਂ ਬਾਅਦ ਜਿਹੜਾ ਦੂਜਾ ਨਾਵਲ ਸੀ ਖੇੜੇ ਸੁੱਖ ਵਿੜੇ ਸੁੱਖ, ਉਸ ਨੂੰ ਨਾਨਕ ਸਿੰਘ ਗੱਲ ਪੁਰਸਕਾਰ ਮਿਲਿਆ। ਅਤੇ ਫਿਰ 2008 ਦੇ ਵਿੱਚ ਇਹਨਾਂ ਰਾਹਾਂ ਉੱਤੇ ਨਾਵਲ ਨੂੰ ਨਾਨਕ ਸਿੰਘ ਗੱਲ ਪੁਰਸਕਾਰ ਮਿਲਿਆ। ਅਤੇ ਇਸੇ ਤਰ੍ਹਾਂ ਫਿਰ ਭਾਸ਼ਾ ਵਿਭਾਗ ਵੱਲੋਂ ਮੈਨੂੰ 2014 ਦੇ ਵਿੱਚ ਸ਼੍ਰੋਮਣੀ ਸਾਹਿਤਕਾਰ ਦਾ ਪੁਰਸਕਾਰ ਮਿਲਿਆ, ਪੰਜਾਬੀ ਸਾਹਿਤ ਅਕੈਡਮੀ ਵੱਲੋਂ ਮੈਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਮਿਲਿਆ। ਅਤੇ ਨਵਾਂ ਜ਼ਮਾਨਾ ਵੱਲੋਂ ਬੀਬੀ ਸਵਰਨ ਕੌਰ ਪੁਰਸਕਾਰ ਇੱਕ ਸਥਾਪਿਤ ਕੀਤਾ ਗਿਆ ਸੀ,
ਜਿਹੜਾ ਉਸ ਸਾਲ ਛਪੀਆਂ ਪੁਸਤਕਾਂ ਦੇ ਪਾਠਕਾਂ ਦੀ ਰਾਏ ਦੇ ਅਨੁਸਾਰ ਦਿੱਤਾ ਜਾਂਦਾ ਸੀ। ਉਹ ਮੇਰੇ ਨਾਵਲ ਪੱਤ ਕਮਲਾ ਗਿਆ ਨੂੰ 2010 ਦੇ ਵਿੱਚ ਦਿੱਤਾ ਗਿਆ। ਇਸ ਕਰਕੇ ਮੈਨੂੰ ਜਿਹੜਾ ਮਤਲਬ ਇੱਦਾਂ ਹੈਗਾ ਵੀ ਮੈਨੂੰ ਇਨਾਮਾਂ ਵੱਲੋਂ ਮੈਨੂੰ ਜਿਹੜੇ ਪੰਜਾਬੀ ਸਾਹਿਤ ਜਗਤ ਹੈ ਉਹਨਾਂ ਨੇ ਬਹੁਤ ਜ਼ਿਆਦਾ ਬਹੁਤ ਚੰਗਾ ਮੇਰਾ ਮਾਣ ਕੀਤਾ ਹੈ ਜੀ। ਅੱਛਾ, ਅਤੇ ਜਿਹੜੇ ਇਨਾਮ ਨੇ ਲੇਖਕ ਦੀ ਜ਼ਿੰਦਗੀ 'ਚ ਕੀ ਮਹੱਤਤਾ ਰੱਖਦੇ ਨੇ? ਲੇਖਕ ਦੀ ਜ਼ਿੰਦਗੀ ਦੇ ਵਿੱਚ ਇਨਾਮ ਉਹੀ ਮਹੱਤਤਾ ਰੱਖਦੇ ਨੇ ਜਿਵੇਂ ਭੱਜੇ ਜਾਂਦੇ ਬੰਦੇ ਨੂੰ ਆਪਾਂ ਤਾੜੀ ਮਾਰ ਦੇਈਏ ਜਾਂ ਸ਼ਾਬਾਸ਼ ਚੱਕਦੇ ਫੱਟੇ ਕਹਿ ਦਈਏ ਜਾਂ ਉਹਨੂੰ ਥਾਪੀ ਦੇ ਦਈਏ ਪਹਿਲਵਾਨ ਨੂੰ, ਅਤੇ ਉਸ ਨੂੰ ਇੱਕ ਹੁਲਾਰਾ ਮਿਲਦਾ, ਉਸ ਨੂੰ ਉਹਦੇ ਕੰਮ ਨੂੰ ਮਾਨਤਾ ਮਿਲਦੀ ਹੈ, ਐਂ ਲੱਗਦਾ ਵੀ ਜੋ ਮੈਂ ਲਿਖ ਰਿਹਾ ਉਸ ਨੂੰ ਸੁਣਨ ਵਾਲੇ, ਉਸ ਨੂੰ ਪਰਖਣ ਵਾਲੇ, ਉਸ ਨੂੰ ਵਡਿਆਉਣ ਵਾਲੇ ਹੈਗੇ ਨੇ। ਮਤਲਬ ਸਮਾਜ ਵੱਲੋਂ ਉਹਨੂੰ ਉਸਾਰੂ ਇਨਾਮਾਂ ਦੇ ਰੂਪ 'ਚ ਇੱਕ ਉਸਾਰੂ ਹੰਗਾਰਾ ਹੁੰਦਾ ਕਿ ਉਸਨੂੰ ਜਿਹੜੇ ਉਹ ਕਹਿੰਦੇ ਨੇ ਵੀ ਹਾਂ ਬਈ ਸ਼ਾਬਾਸ਼ ਚੱਲੀ ਚੱਲ ਤੂੰ ਠੀਕ ਸਿਹਤ 'ਤੇ ਚੱਲ ਰਿਹਾ, ਇਸ ਲਈ ਵੱਡੀ ਹੱਲਾਸ਼ੇਰੀ ਮਿਲਦੀ ਹੈ ਜੀ। ਕਿਆ ਬਾਤ ਹੈ। ਅੱਛਾ, ਅਤੇ ਹੁਣ ਗੱਲ ਕਰੂੰਗਾ ਗੁਲਾਬੀ ਨਗ ਵਾਲੀ ਮੁੰਦਰੀ ਦੀ, ਉਹਦੇ ਬਾਰੇ ਕੀ ਕਹਿਣਾ ਚਾਹੂੰਗਾ? ਹਾਂਜੀ, ਗੁਲਾਬੀ ਨਗ ਵਾਲੀ ਮੁੰਦਰੀ ਮੇਰਾ ਜਿਹੜਾ ਨਾਵਲ ਹੈਗਾ ਉਹ 7ਵਾਂ ਨਾਵਲ ਹੈ ਜੀ। ਮੇਰਾ ਨਾਵਲ 19ਵੀਂ ਸਦੀ ਦੇ ਅਖੀਰ ਤੋਂ ਕਿਰਸਾਣੀ ਕਲਚਰ ਤੋਂ ਲੈ ਕੇ ਸਮੂਹਿਕ ਕਲਚਰ ਤੋਂ ਲੈ ਕੇ ਜਿਹੜਾ ਪਰਿਵਾਰਕ ਕਲਚਰ ਦੇ ਵਿੱਚ ਆਇਆ, ਫਿਰ ਨਿੱਜਵਾਦ ਦੇ ਵਿੱਚ ਆਇਆ, ਫਿਰ ਜਿਵੇਂ ਲੋਕ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਲੱਗਿਆ ਵੀ ਸਹੂਲਤਾਂ ਸਾਨੂੰ ਚੰਗੀਆਂ ਨਹੀਂ ਮਿਲਦੀਆਂ, ਫਿਰ ਉਹ ਸ਼ਹਿਰ ਵੱਲ ਚਲੇ ਗਏ। ਪੜ੍ਹੇ ਲਿਖੇ ਲੋਕ ਜਿਹੜੇ ਮੁਲਾਜ਼ਮ ਪੇਸ਼ਾ ਲੋਕ ਸੀ ਉਹ ਸ਼ਹਿਰਾਂ ਦੇ ਵਿੱਚ ਗਏ ਆਪਣੇ ਬੱਚਿਆਂ ਦੀਆਂ ਸਹੂਲਤਾਂ ਲਈ, ਪਰ ਜਿਵੇਂ ਹੁਣ ਉਹ ਜਿਹੜੇ ਹੈਗੇ ਨੇ ਸ਼ਹਿਰਾਂ ਦੇ ਵਿੱਚ ਚਲੇ ਗਏ, ਪਰ ਉਹ ਰਹੇ ਉਹਨਾਂ ਦੀਆਂ ਜਿਹੜਾ ਕਦਰਾਂ ਕੀਮਤਾਂ ਸੀ ਉਹ ਪੇਂਡੂ ਰਹੀਆਂ, ਉਹ ਜਗੀਰੂ ਕਦਰਾਂ ਕੀਮਤਾਂ ਰਹੀਆਂ। ਸ਼ਹਿਰ ਜੋ ਕਿ ਤਬਦੀਲੀ ਦਾ ਸੂਚਕ ਹੈ, ਸ਼ਹਿਰ ਦੇ ਵਿੱਚ ਤਬਦੀਲੀ ਆਉਣੀ ਹੈ, ਸ਼ਹਿਰ ਦੇ ਵਿੱਚ ਵੱਖੋ ਵੱਖਰੇ ਬੰਦਿਆਂ ਨੇ ਆਉਣਾ, ਅਤੇ ਸ਼ਹਿਰ ਦੇ ਵਿੱਚ ਪੈਦਾ ਹੋਏ ਬੱਚਿਆਂ ਦੇ ਵਿੱਚ ਉਹ ਨਵੇਂ ਭਵਿੱਖ ਦਾ ਜਿਹੜੇ ਸੂਚਕ ਹੁੰਦੇ ਨੇ, ਪਰ ਉਹ ਜਿਹੜਾ ਟਕਰਾਅ ਹੈ ਉਹ ਉਹਨਾਂ ਦੇ ਵਿੱਚ ਮਤਲਬ ਫਿਰ ਦ੍ਰਿਸ਼ਟੀਗੋਚਰ ਹੋਣਾ ਕੁਦਰਤੀ ਸੀ। ਜਦੋਂ ਹੁਣ ਮਤਲਬ ਸ਼ਹਿਰ ਦੇ ਬੱਚਿਆਂ ਨੇ ਜਦੋਂ ਉਹਨਾਂ ਦਾ ਹਰ ਤਰ੍ਹਾਂ ਦੇ ਵਰਗ ਦੇ ਨਾਲ ਆਪਸ ਵਿੱਚ ਹੀ ਸਹਿਚਾਰ ਵਧਿਆ, ਅਤੇ ਉਹਨਾਂ ਦੇ ਜਿਹੜੇ ਸੰਬੰਧ ਸੀ ਆਪਸੀ ਉਹਨਾਂ ਦਾ ਵਧਣਾ ਵੀ ਕੁਦਰਤੀ ਸੀ। ਪਰ ਜਿਹੜੇ ਮਾਪੇ ਸੀ ਉਹ ਜਗੀਰੂ ਸੱਭਿਆਚਾਰ ਦੇ ਵਿੱਚੋਂ, ਜਿਹੜੇ ਪੰਜਾਬ ਦੇ ਪਿੰਡ ਸ਼ਹਿਰ ਨੇ ਉਹ ਸਾਰੇ ਪਿੰਡਾਂ ਦੇ ਵਿੱਚੋਂ ਲੋਕ ਆਏ ਹੋਏ ਨੇ, ਇਸ ਲਈ ਉਹ ਜਗੀਰੂ ਸੱਭਿਆਚਾਰ ਦੇ ਵਿੱਚੋਂ ਆਉਣਾ ਉਹਨਾਂ ਕੋਲ ਕਦਰਾਂ ਕੀਮਤਾਂ ਪੁਰਾਣੀਆਂ ਸੀ, ਅਤੇ ਇਸ ਲਈ ਉਹਨਾਂ ਬੱਚਿਆਂ ਨਾਲ ਟਕਰਾਅ ਪੈਦਾ ਹੋਇਆ। ਮਤਲਬ ਜਿਵੇਂ ਇਹ ਨਾਵਲ ਜਿਹੜਾ ਹੈਗਾ ਇਹ ਜਿਹੜਾ ਅੰਤਰਜਾਤੀ ਵਿਆਹ ਦੇ ਲਈ ਬੱਚਿਆਂ ਦਾ ਉਸ ਪਾਸੇ ਨੂੰ ਝੁਕਾਅ ਹੋਣਾ ਅਤੇ ਮਾਪਿਆਂ ਦਾ ਉਹਦੇ ਵਿੱਚ ਰੁਕਾਵਟ ਬਣਨਾ, ਉਸ ਦੇ ਨਾਲ ਪਰਿਵਾਰ ਦਾ ਸਾਰੇ ਦਾ ਹੀ ਇੱਕ ਦੁਖਾਂਤ ਬਣ ਜਾਣਾ, ਉਹਨੂੰ ਸਾਰੇ ਦਾ ਹੀ ਜਿਹੜਾ ਹੈ ਉਹ ਉਸ ਨੂੰ ਦਿਖਾਉਂਦਾ ਹੈਗਾ, ਪਰ ਉਹਦੇ ਵਿੱਚ ਉਸੇ ਪਿੰਡ ਦੇ ਵਿੱਚੋਂ ਜਾਂ ਉਸੇ ਪਿਛੋਕੜ ਵਾਲਾ ਇੱਕ ਬੰਦਾ ਮਤਲਬ ਉਸੇ ਪਰਿਵਾਰ ਦੇ ਵਿੱਚੋਂ ਇੱਕ ਕੋਸ਼ਿਸ਼ ਕਰਦਾ ਅਤੇ ਉਹ ਉਸ ਪਾਸੇ ਪਹਿਲ ਕਰਦਾ, ਅਤੇ ਉਹ ਗੁਲਾਬੀ ਨਗ ਵਾਲੀ ਮੁੰਦਰੀ ਦਾ ਜਿਹੜਾ ਪਹਿਲਾ ਹੱਕਦਾਰ ਹੈ ਜਿਸ ਨੂੰ ਮਾਪਿਆਂ ਦੇ ਟਕਰਾਅ ਨੇ ਵਿਆਹ ਦੀ ਸੰਸਥਾ ਤੋਂ ਹੀ ਮੁਨਕਰ ਕਰ ਦਿੱਤਾ, ਅਤੇ ਉਹ ਬੰਦਾ ਉਸ ਮੁੰਦਰੀ ਨੂੰ ਲੈ ਜਾਂਦਾ, ਅਤੇ ਮਤਲਬ ਉਹ ਜਿਹੜਾ ਹੈ ਉਹ ਇਹ ਨਾਵਲ ਮਤਲਬ ਸਾਨੂੰ ਇਹ ਦਿਖਾ ਰਿਹਾ ਕਿ ਸਾਨੂੰ ਸਮੇਂ ਦੇ ਨਾਲ ਨਾਲ ਸਾਡੇ ਸਮਾਜ ਨੂੰ ਬਦਲਣਾ ਜ਼ਰੂਰੀ ਹੈ, ਨਹੀਂ ਤਾਂ ਸਾਡਾ ਪਰਿਵਾਰਕ ਜੀਵਨ ਉਹ ਜਿਹੜਾ ਹੈਗਾ ਇਹਨਾਂ ਪਾਤਰਾਂ ਵਾਂਗੂ ਹੋ ਜਾਏਗਾ ਜੀ। ਅਤੇ ਹੁਣ ਮੈਂ ਪੁੱਛਣਾ ਚਾਹੂੰਗਾ ਕਿ ਤੁਹਾਨੂੰ ਲਿਖਣ ਲਈ ਕਿਸ ਤਰ੍ਹਾਂ ਦੇ ਮਾਹੌਲ ਦੀ ਲੋੜ ਹੈ, ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਤੁਸੀਂ ਲਿਖਦੇ ਪੜ੍ਹਦੇ ਹੋ? ਹਰਜੀਤ ਸਿੰਘ ਜੀ, ਲਿਖਣ ਦੇ ਲਈ ਤਾਂ ਮੈਨੂੰ ਇੱਦਾਂ ਦੇ ਮਾਹੌਲ ਦਾ ਕੋਈ ਮਸਲਾ ਨਹੀਂ, ਲਿਖਣ ਦੇ ਲਈ ਤੁਹਾਡੇ ਕੋਲ ਅਨੁਭਵ ਦਾ ਜ਼ੋਰ ਚਾਹੀਦਾ ਜੀ। ਬਿਲਕੁਲ, ਮਤਲਬ ਤੁਸੀਂ ਚਾਹੇ ਜਿੱਥੇ ਮਰਜ਼ੀ ਬੈਠ ਕੇ ਲਿਖ ਲਓ, ਇਹਦੇ ਲਈ ਨਾ ਕੋਈ ਖਾਸ ਸਮਾਂ ਜ਼ਰੂਰੀ ਹੈ, ਨਾ ਕੋਈ ਖਾਸ ਤਰ੍ਹਾਂ ਦਾ ਟੇਬਲ ਜ਼ਰੂਰੀ ਹੈ, ਨਾ ਕੋਈ ਪੈੱਨ ਲੋੜ ਹੈ, ਨਾ ਕੋਈ ਕਿਸੇ ਰੰਗਦਾਰ ਪੇਪਰ ਦੀ ਲੋੜ ਹੈ। ਜਦੋਂ ਤੁਹਾਡੇ ਅੰਦਰ ਲਿਖਣ ਦੇ ਲਈ ਕੋਈ ਮਤਲਬ ਇੱਦਾਂ ਦਾ ਤੁਹਾਡਾ ਅਨੁਭਵ ਹੈਗਾ ਲਿਖਣ ਲਈ, ਮੈਂ ਰਾਤ ਨੂੰ ਉੱਠ ਕੇ ਵੀ ਲਿਖਿਆ ਅਤੇ ਮੈਂ ਕਿਸੇ ਸਮੇਂ ਵੀ ਮਤਲਬ ਜਿਹੜਾ ਹੈਗਾ ਬੈਠਾ, ਅਤੇ ਮੇਰੇ ਈਵਨ ਮੇਰੇ ਮਿਸਿਸ ਇਹ ਵੀ ਕਹਿੰਦੇ ਹੁੰਦੇ ਸੀ ਵੀ ਤੁਹਾਡੇ ਕੋਲ ਚਾਹੇ ਢੋਲ ਵੱਜੀ ਜਾਣ, ਜਦ ਤੁਸੀਂ ਲਿਖਦੇ ਹੋ ਪਤਾ ਹੀ ਨਹੀਂ ਲੱਗਦਾ। ਬੱਚੇ ਮੇਰੇ ਛੋਟੇ ਸੀ, ਭਤੀਜੇ ਛੋਟੇ ਸੀ, ਉਹਨੇ ਆਪਸ ਵੀ ਲੜਨ ਵੀ ਲੱਗ ਜਾਂਦੇ ਸੀ, ਮੈਨੂੰ ਪਤਾ ਨਹੀਂ ਸੀ ਲੱਗਦਾ। ਮਤਲਬ ਲੇਖਕ ਨੂੰ ਅਨੁਭਵ ਦਾ ਜ਼ੋਰ ਅਤੇ ਨਾਲ ਉਸ ਦਾ ਜਿਹੜਾ ਇਕਾਗਰਤਾ, ਇਸ ਦੀ ਲੋੜ ਹੁੰਦੀ ਆ। ਉਹ ਚਾਹੇ ਬਾਹਰ ਬੈਠ ਕੇ ਲਿਖ ਲਵੇ, ਭੀੜ 'ਚ ਬੈਠ ਕੇ ਲਿਖ ਲਵੇ,
ਉਹਦੀ ਕੋਈ ਸਮੱਸਿਆ ਨਹੀਂ ਹੁੰਦੀ ਜੀ। ਜਿਹੜਾ ਅੱਜ ਦਾ ਅਜੋਕਾ ਯੁੱਗ ਹੈ, ਇਹ ਮੀਡੀਆ ਦਾ ਯੁੱਗ ਹੈ, ਜਿਹੜੇ ਖਾਸ ਕਰਕੇ ਆਪਣੇ ਬੱਚੇ ਨੇ ਛੋਟੇ ਨਾ, ਇਹ ਮੋਬਾਈਲ ਨਾਲ ਜੁੜੇ ਹੋਏ ਨੇ, ਇਹਨਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਤੁਸੀਂ ਆਪਣੀ ਕੀ ਜ਼ਿੰਮੇਵਾਰੀ ਸਮਝਦੇ ਇੱਕ ਲੇਖਕ ਹੋਣ ਦੇ ਨਾਤੇ? ਦੇਖੋ, ਲੇਖਕ ਹੋਣ ਦੇ ਨਾਤੇ ਮੇਰੇ ਖਿਆਲ ਦੇ ਵਿੱਚ ਇਹ ਜ਼ਿੰਮੇਵਾਰੀ ਤਾਂ ਸਮਾਜ ਦੀ ਹੈ। ਵਿਦੇਸ਼ਾਂ ਦੇ ਵਿੱਚ ਵੀ ਮੈਂ ਹੁਣ ਦੇਖਿਆ ਹੈ ਕਿ ਵਿਦੇਸ਼ਾਂ ਦੇ ਵਿੱਚ ਇਹ ਜਿਹੜਾ ਮੀਡੀਆ ਹੈਗਾ ਬਹੁਤ ਪਹਿਲਾਂ ਆ ਗਿਆ ਸੀ, ਪਰ ਉੱਥੇ ਸਾਡੇ ਜਿੰਨੇ ਲੋਕ ਨਹੀਂ ਟੁੱਟੇ ਹੋਏ ਕਿਤਾਬਾਂ ਦੇ ਨਾਲ, ਉਹ ਮੁੜ ਕੇ ਕਿਤਾਬਾਂ ਨਾਲ ਜੁੜ ਰਹੇ ਨੇ। ਉੱਥੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦੇ ਲਈ ਬਕਾਇਦਾ ਦਿੱਤੀਆਂ ਜਾਂਦੀਆਂ ਨੇ ਅਤੇ ਉਹਨਾਂ ਨੂੰ ਉਹਦੇ ਨੰਬਰ ਦਿੱਤੇ ਜਾਂਦੇ ਨੇ ਵੀ ਜੇ ਤੁਸੀਂ ਸਾਲ ਦੇ ਵਿੱਚ ਕਿੰਨੀਆਂ ਕਿਤਾਬਾਂ ਪੜ੍ਹੀਆਂ। ਜਿਹੜਾ ਵਿਦਿਆਰਥੀ ਜ਼ਿਆਦਾ ਵੱਧ ਤੋਂ ਵੱਧ ਕਿਤਾਬਾਂ ਪੜ੍ਹਦਾ ਉਹਨੂੰ ਵਿਸ਼ੇਸ਼ ਸਰਟੀਫਿਕੇਟ। ਪਰ ਆਪਣੇ ਪਾਠਕਾਂ ਦਾ ਇਹ ਸ਼ਿਕਾਇਤ ਹੁੰਦੀ ਹੈ ਆਪਣੇ ਪਾਠਕਾਂ ਦੀ ਕਿ ਕਿਤੇ ਨਾ ਕਿਤੇ ਚੰਗੀ ਕਿਤਾਬ ਉਹਨਾਂ ਨੂੰ ਨਹੀਂ ਮਿਲਦੀ, ਚੰਗੀ ਕਿਤਾਬ ਤੱਕ ਉਹ ਨਹੀਂ ਪਹੁੰਚ ਸਕਦੇ, ਕਿਤੇ ਨਾ ਕਿਤੇ ਸਾਹਿਤ ਦੀ ਘਾਟ। ਹਾਂਜੀ, ਸਕੂਲ ਲੈਵਲ 'ਤੇ ਤਾਂ ਜਿਹੜਾ ਹੈਗਾ ਉਹ ਤਾਂ ਟੀਚਰਾਂ ਦਾ ਫਰਜ਼ ਬਣਦਾ ਹੈ, ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਸਿਲੈਕਟ ਕਰਕੇ ਸਹੀ ਸਾਹਿਤ ਦਿੱਤਾ ਜਾਵੇ। ਹਾਂਜੀ, ਉਹਨਾਂ ਨੂੰ ਆਪ ਮਾਪੇ ਪੜ੍ਹਨ ਅਤੇ ਬੱਚਿਆਂ ਦੇਖ ਕੇ ਉਹਨਾਂ ਦਾ ਰੁਝਾਨ ਬਣੇ। ਜਿਹੜਾ ਉੱਪਰ ਜਾ ਕੇ ਜਦੋਂ ਬੱਚੇ ਚੰਗੇ ਪਾਠਕ ਬਣ ਜਾਣਗੇ ਫਿਰ ਉਹਨੂੰ ਆਪਣੇ ਆਪ ਉਹਨਾਂ ਨੂੰ ਇਹ ਚੰਗੇ ਅਤੇ ਮਾੜੇ ਸਾਹਿਤ ਦੀ ਪਰਖ ਉਹਨਾਂ ਨੂੰ ਆਜੂਗੀ। ਇਹ ਇਕੱਲਾ ਪੰਜਾਬੀ ਦੇ ਵਿੱਚ ਇਹ ਨਹੀਂ ਹੈ, ਹਿੰਦੀ ਦੇ ਵਿੱਚ ਵੀ ਕਚਰਾ ਸਾਹਿਤ ਹੈਗਾ, ਇੰਗਲਿਸ਼ ਦੇ ਵਿੱਚ ਵੀ ਜਿਹੜਾ ਟ੍ਰੈਸ਼ ਲਿਟਰੇਚਰ ਹੈਗਾ, ਮਤਲਬ ਇਹ ਇਕੱਲੀ ਪੰਜਾਬੀ 'ਚ ਨਹੀਂ ਹੈ, ਬਹੁਤ ਕੁਛ ਘਟੀਆ ਜਿਹੜਾ ਨਹੀਂ ਚੰਗਾ ਹੈਗਾ ਉਹ ਸਾਰੇ ਪਾਸੇ ਹੀ ਲਿਖਿਆ ਜਾਂਦਾ ਜੀ। ਉਹ ਤਾਂ ਪਾਠਕਾਂ ਨੇ, ਟੀਚਰਾਂ ਨੇ, ਮਤਲਬ ਮੈਨੂੰ ਵੀ ਜਿਹੜੇ ਮੇਰੇ ਟੀਚਰ ਨੇ, ਜਿਹੜੇ ਸੁਹਿਰਦ ਹੋਰ ਬੰਦੇ ਚੰਗੇ ਗੂੜੇ ਪਾਠਕ ਨੇ, ਉਹ ਆਪਣੇ ਆਪ ਤੁਹਾਨੂੰ ਅੱਗੇ ਤੋਂ ਅੱਗੇ ਦੱਸ ਦਿੰਦੇ ਨੇ ਕਿ ਆਹ ਰਚਨਾ ਪੜ੍ਹਨ ਵਾਲੀ ਹੈ, ਅਤੇ ਉਹ ਮੂੰਹੋਂ ਮੂੰਹ ਹੀ ਤੁਹਾਨੂੰ ਉਸ ਚੀਜ਼ ਦਾ ਪਤਾ ਲੱਗ ਜਾਂਦਾ ਕਿ ਇਹ ਰਚਨਾ ਪੜ੍ਹਨ ਵਾਲੀ ਹੈ, ਅਤੇ ਸਾਰੇ ਲੋਕਾਂ ਦੇ ਵਿੱਚ ਉਹ ਗੱਲ ਪਹੁੰਚ ਜਾਂਦੀ ਹੈ। ਅਤੇ ਇਸੇ ਤਰ੍ਹਾਂ ਜੇ ਸਾਡੇ ਬੱਚਿਆਂ ਵਿੱਚ ਆਦਤਾਂ ਪੈਣਗੀਆਂ ਅਤੇ ਮੋਬਾਈਲ ਨਾਲੋਂ ਵੀ ਫਿਰ ਉਹ ਟੁੱਟਣਗੇ, ਜਾਂ ਇਸ ਪੱਖ ਤੋਂ ਵੀ ਉਹ ਨਵੇਂ ਤਰੀਕੇ ਨਾਲ ਜਿਹੜੇ ਆ ਈ ਬੁੱਕਸ ਹੁੰਦੀਆਂ ਨੇ, ਕਿਵੇਂ ਨਾ ਕਿਵੇਂ ਕੰਪਿਊਟਰ ਦੇ ਉੱਤੇ ਬੁੱਕਸ ਆਉਂਦੀਆਂ ਨੇ, ਉਹਨਾਂ ਨੂੰ ਵੀ ਪੜ੍ਹਾਉਣ ਵੱਲ ਜਾਂ ਵਧਾਉਣ ਵੱਲ ਸਕੂਲਾਂ ਵੱਲੋਂ, ਕਾਲਜਾਂ ਵੱਲੋਂ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਦੇ ਵਿੱਚ ਇਹ ਰੁਚੀਆਂ ਪੈਦਾ ਕਰਨ ਜੀ। ਅੱਛਾ, ਤੁਹਾਡੇ ਆਉਣ ਵਾਲਾ ਨਾਵਲ ਰਿਜਕ, ਉਹਦੇ ਬਾਰੇ ਦੱਸੋ ਕਿ ਉਹ ਕਿਸ ਵਿਸ਼ੇ 'ਤੇ ਆਧਾਰਿਤ ਹੈ ਜਾਂ ਕਦੋਂ ਤੱਕ ਉਹ ਪਾਠਕਾਂ ਦੀ ਕਚਹਿਰੀ 'ਚ ਆ ਜਾਏ? ਹਾਂਜੀ, ਦੇਖੋ, ਜਿਵੇਂ ਮੈਂ ਤੁਹਾਨੂੰ ਪਿੰਡ ਦੀ ਗੱਲ ਕੀਤੀ ਸੀ ਕਿ ਮੈਂ ਪਿੰਡ ਦੀ ਮੂਵਮੈਂਟ ਨੂੰ, ਪਿੰਡ ਦੇ ਵਿੱਚ ਜੋ ਤਬਦੀਲੀਆਂ ਆਈਆਂ ਮੈਂ ਦਰਸਾਇਆ ਤਬਦੀਲੀ। ਜੇ ਮੇਰਾ ਨਾਵਲ ਪਿੰਡ ਦੇ ਵਿੱਚੋਂ ਚੱਲ ਕੇ ਸ਼ਹਿਰ ਦੇ ਵਿੱਚ ਆਇਆ ਗੁਲਾਬੀ ਨਗ ਵਾਲੀ ਮੁੰਦਰੀ ਦੇ ਵਿੱਚ, ਅਤੇ ਜਿਹੜਾ ਮੇਰਾ ਅੱਠਵਾਂ ਨਾਵਲ ਹੈ ਜਿਹੜਾ 2 ਕੁ ਮਹੀਨਿਆਂ ਦੇ ਵਿੱਚ ਉਮੀਦ ਹੈ ਛਪ ਜਾਊਗਾ, ਉਸਦਾ ਨਾਂ ਹੈ ਰਿਜ਼ਕ। ਉਹ ਹੈ ਵੀ ਸਾਡਾ ਪੰਜਾਬੀ, ਈਵਨ ਖਾਸ ਕਰਕੇ ਪੰਜਾਬੀ ਭਾਈਚਾਰਾ, ਆਮ ਕਰਕੇ ਭਾਰਤੀ ਭਾਈਚਾਰਾ, ਉਹ ਆਸਟ੍ਰੇਲੀਆ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਉਹ ਕਿਉਂ ਜਾਂਦਾ, ਉੱਥੇ ਜਾ ਕੇ ਉਹ ਕਿਸ ਤਰ੍ਹਾਂ ਰਹਿੰਦਾ, ਕਿੱਦਾਂ ਦਾ ਪਰਿਵਾਰਕ ਜੀਵਨ ਹੈ, ਕਿੱਦਾਂ ਦਾ ਸਮਾਜਿਕ ਜੀਵਨ ਹੈ, ਕਿੱਦਾਂ ਦਾ ਆਰਥਿਕ ਜੀਵਨ ਹੈ, ਕਿੱਦਾਂ ਦਾ ਉਹਨਾਂ ਦਾ ਜੋ ਹਰ ਤਰ੍ਹਾਂ ਦਾ ਜੀਵਨ, ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ, ਹਰ ਤਰ੍ਹਾਂ ਦਾ ਉਹਨਾਂ ਦਾ, ਜਿਵੇਂ ਮੈਂ ਆਪਣਾ ਪੰਜਾਬੀ ਸਮਾਜ ਪਹਿਲੇ 7 ਨਾਵਲਾਂ ਵਿੱਚ ਚਿਤਰਿਆ, ਉਹ ਤੁਹਾਨੂੰ ਜਿਹੜਾ ਮੇਰਾ 8ਵਾਂ ਨਾਵਲ ਹੈ ਉਹ ਕਿਵੇਂ ਕਮਾਈ ਕਰਦੇ ਨੇ, ਕਿਵੇਂ ਪੰਜਾਬ ਦੇ ਵਿੱਚ ਵਰਕ ਕਲਚਰ ਨੂੰ ਛੱਡ ਕੇ, ਕਿਰਤ ਸੱਭਿਆਚਾਰ ਨੂੰ ਛੱਡ ਕੇ ਉੱਥੇ ਜਾ ਕੇ ਉਹ ਕਿਰਤ ਸੱਭਿਆਚਾਰ ਨੂੰ ਹੀ ਬਹੁਤ ਜ਼ੋਰ ਸ਼ੋਰ ਨਾਲ ਅਪਣਾਉਂਦੇ ਨੇ। ਮਤਲਬ ਉਹ ਸਿਰਫ ਸੌਣ ਅਤੇ ਨੀਂਦ ਅਤੇ ਕੰਮ ਤੱਕ ਹੀ ਸੀਮਿਤ ਹੋ ਜਾਂਦੇ ਨੇ। ਮਤਲਬ ਉਹ ਇਹ ਤਬਦੀਲੀ ਕਿਉਂ ਆਉਂਦੀ ਹੈ, ਮਤਲਬ ਪੰਜਾਬ ਦੇ ਵਿੱਚ ਅਸੀਂ ਉਹ ਕੰਮ ਕਰਨਾ ਕਿਉਂ ਛੱਡ ਗਏ, ਵਿਦੇਸ਼ ਵਿੱਚ ਜਾ ਕੇ ਅਸੀਂ ਉਹ ਕਿਵੇਂ ਕਰਦੇ ਹਾਂ, ਅਤੇ ਕੀ ਸਾਡੇ ਉੱਤੇ ਉਹਦੇ ਅਸਰ ਪੈਂਦੇ ਨੇ, ਉਹ ਤੁਹਾਨੂੰ ਟੋਟਲ ਜਿਹੜਾ ਉੱਥੋਂ ਦਾ ਮੇਰਾ ਮਤਲਬ ਪਿਛਲੇ 5-6 ਸਾਲਾਂ ਦੇ ਵਿੱਚ ਲਿਖਿਆ ਹੋਇਆ ਨਾਵਲ ਹੈ, ਜਿਹੜਾ ਮੈਂ ਨਿੱਜੀ ਅਨੁਭਵ ਦੇ ਤੌਰ 'ਤੇ ਲੋਕਾਂ ਨੂੰ ਦੇਖ ਕੇ ਲਿਖਿਆ, ਉਹ ਤੁਹਾਨੂੰ ਸਾਰਾ ਕੁਛ ਅੱਜ ਦੇ ਨੌਜਵਾਨਾਂ ਬਾਰੇ, ਉਹਨਾਂ ਦੇ ਮਾਪਿਆਂ ਬਾਰੇ, ਉਹਨਾਂ ਦੇ ਪਰਿਵਾਰਕ ਜੀਵਨ ਬਾਰੇ, ਉਹਨਾਂ ਦੇ ਸਮਾਜਿਕ ਜੀਵਨ ਬਾਰੇ, ਉਹਨਾਂ ਦੇ ਆਰਥਿਕ ਜੀਵਨ ਬਾਰੇ, ਅਤੇ ਉਹ ਸਾਰਾ ਕੁਛ ਉਸ ਨਾਵਲ ਦੇ ਵਿੱਚੋਂ ਤੁਹਾਨੂੰ ਮੇਰੇ ਖਿਆਲ 'ਚ ਵੀ ਇੱਕ ਮਹਾਂਕਾਵਿ ਵਾਂਗੂ ਪਤਾ ਲੱਗ ਜੂਗਾ। ਉਹ ਵੱਡਾ ਨਾਵਲ ਹੈ 400 ਸਫ਼ੇ ਉੱਤੇ ਜੀ। ਅੱਛਾ, ਅਤੇ ਜਾਂਦੇ ਜਾਂਦੇ ਮੈਂ ਤੁਹਾਡੇ ਤੋਂ ਇੱਕ ਆਖਰੀ ਸਵਾਲ ਪੁੱਛਣਾ ਚਾਹੂੰਗਾ ਕਿ ਤੁਸੀਂ ਪੰਜਾਬੀ ਨਾਵਲ ਨੂੰ ਕਿੱਥੇ ਖੜ੍ਹਾ ਦੇਖਦੇ ਹੋ ਅੱਜ, ਅਤੇ ਪੰਜਾਬੀ ਨਾਵਲ ਦਾ ਭਵਿੱਖ ਕੀ ਹੈ, ਤੁਹਾਡੇ ਕੀ ਵਿਚਾਰ ਨੇ ਇਸ ਬਾਰੇ? ਦੇਖੋ ਅਜੀਤ ਸਿੰਘ ਜੀ, ਮੇਰੇ ਖਿਆਲ ਦੇ ਵਿੱਚ ਤਾਂ ਪੰਜਾਬੀ ਨਾਵਲ ਨੇ ਬਹੁਤ ਤਰੱਕੀ ਕੀਤੀ ਹੈ। ਜੇ ਮਤਲਬ ਸਾਡਾ ਪਹਿਲਾ ਪੰਜਾਬੀ ਨਾਵਲ 1897 ਵਿੱਚ ਭਾਈ ਵੀਰ ਸਿੰਘ ਦੀ ਸੁੰਦਰੀ ਨਾਲ ਸ਼ੁਰੂ ਹੁੰਦਾ, ਅਤੇ 1997 ਦੇ ਵਿੱਚ ਨਿਰੰਜਨ ਮਸ਼ਾਲ 'ਚ ਹੀ ਸ਼ਬਦ ਹੈ ਮੇਰਾ ਪਹਿਲਾ ਨਾਵਲ, ਅਤੇ ਉਸ ਤੋਂ ਬਾਅਦ ਹੁਣ ਜਿਹੜਾ ਹੈਗਾ ਮੇਰਾ 2018 ਦੇ ਵਿੱਚ ਜਾਂ 19 ਦੇ ਸ਼ੁਰੂ ਦੇ ਵਿੱਚ ਜਦੋਂ ਇਹ ਰਿਜ਼ਕ ਛਪੂਗਾ ਜੀ, ਤੁਸੀਂ ਇਹਨਾਂ ਨਾਵਲਾਂ ਨੂੰ ਪੜ੍ਹ ਕੇ ਦੇਖੋ। ਜੇ ਤੁਸੀਂ ਸੁੰਦਰੀ ਨੂੰ ਪੜ੍ਹੋਗੇ, ਤੁਸੀਂ
ਲਹੂ ਮਿੱਟੀ ਨੂੰ ਪੜ੍ਹੋਗੇ ਸੰਤ ਸਿੰਘ ਸਿੱਖ ਹੋਂਦੀ ਨੂੰ, ਤੁਸੀਂ ਮਤਲਬ ਮੋਹਨ ਸਿੰਘ ਵੈਦ ਦੇ ਨਾਵਲਾਂ ਨੂੰ ਪੜ੍ਹੋਗੇ, ਤੁਸੀਂ ਸੁਰਿੰਦਰ ਸਿੰਘ ਨਰੂਲਾ ਦੇ ਪਿਓ ਪੁੱਤਰ ਨੂੰ ਪੜ੍ਹੋਗੇ, ਤੁਸੀਂ ਜਿਹੜਾ ਹੈਗਾ ਨਿਰੰਜਨ ਤਸਨੀਮ ਦੇ ਗਵਾਚੇ ਅਰਥ ਨੂੰ ਪੜ੍ਹੋਗੇ, ਤੁਸੀਂ ਗੁਰਦਿਆਲ ਸਿੰਘ ਦੇ ਨਾਵਲਾਂ ਨੂੰ ਪੜ੍ਹੋਗੇ, ਤੁਸੀਂ ਜਸਵੰਤ ਸਿੰਘ ਕਮਲ ਦੇ ਨਾਵਲਾਂ ਨੂੰ ਪੜ੍ਹੋਗੇ, ਦਲੀਪ ਕੌਰ ਟਿਵਾਣਾ ਦੇ ਨਾਵਲਾਂ ਨੂੰ ਪੜ੍ਹੋਗੇ, ਤੁਸੀਂ ਉਹ ਆਪਣੇ ਆਪ ਦੇਖੋਗੇ ਕਿ ਇਹ ਨਾਵਲ ਦੇ ਵਿੱਚ ਸਾਡੇ 'ਚ ਕੀ ਤਬਦੀਲੀਆਂ ਆਈਆਂ ਨੇ। ਸਾਡਾ ਨਾਵਲ ਬੜੀ ਆਪਣੇ ਤੇਜ਼ੀ ਦੇ ਨਾਲ ਮਤਲਬ ਵਿਕਾਸ ਕਰ ਰਿਹਾ ਔਰ ਚੰਗੇ ਪਾਸੇ ਵੱਧ ਰਿਹਾ, ਵੱਖੋ ਵੱਖਰੇ ਤਜਰਬੇ ਕੀਤੇ ਜਾ ਰਹੇ ਨੇ, ਮਤਲਬ ਮੇਰੇ ਖਿਆਲ ਦੇ ਵਿੱਚ ਇਹਦਾ ਭਵਿੱਖ ਬੜਾ ਉੱਜਲ ਹੈ। ਸਗੋਂ ਹੁਣ ਤਾਂ ਇਹ ਵੱਡੇ ਇਨਾਮ ਸਥਾਪਿਤ ਹੋਣ ਦੇ ਨਾਲ ਹੁਣ ਜਿਹੜਾ ਢਾਹਾਂ ਪ੍ਰਾਈਜ਼ ਫਾਰ ਪੰਜਾਬੀ ਲਿਟਰੇਚਰ ਜਿਹੜਾ ਕੈਨੇਡਾ ਵਾਲਿਆਂ ਨੇ ਸ਼ੁਰੂ ਕੀਤਾ ਹੈ ਬਰਜ ਢਾਹਾਂ ਨੇ, ਉਹ ਉਸ ਦੇ ਨਾਲ ਈਵਨ ਸਾਡੇ ਕਹਾਣੀਕਾਰ ਵੀ ਉਹਨਾਂ ਨੂੰ ਉਤਸ਼ਾਹ ਮਿਲਿਆ ਕਿ ਉਹ ਨਾਵਲ ਦੇ ਉੱਤੇ ਹੱਥ ਅਜਮਾਉਣ ਲੱਗ ਪਏ ਨੇ। ਮਤਲਬ ਇਸ ਲਈ ਨਾਵਲ ਦਾ ਸਾਡਾ ਜਿਹੜਾ ਭਵਿੱਖ ਹੈ ਉਹ ਮੇਰੇ ਖਿਆਲ 'ਚ ਬੜਾ ਰੋਸ਼ਨ ਹੈ। ਘੱਟੋ ਘੱਟ ਬਹੁਤ ਲੋਕ ਕਹਾਣੀ ਤੋਂ ਅਜੇ ਮੈਨੂੰ ਲੱਗਦਾ ਵੀ ਸਾਡੀ ਕਹਾਣੀ ਹੁਣ ਪਿੱਛੇ ਰਹਿ ਗਈ ਹੈ, ਅਤੇ ਨਾਵਲ ਵਾਲੇ ਪਾਸੇ ਨੂੰ ਲੋਕ ਜ਼ਿਆਦਾ ਬਹੁਤ ਗਿਣਤੀ ਦੇ ਵਿੱਚ ਆ ਰਹੇ ਨੇ ਜੀ, ਅਤੇ ਇਸ ਦਾ ਭਵਿੱਖ ਬੜਾ ਉੱਜਲ ਹੈ ਜੀ। ਅੱਛਾ, ਜਾਂਦੇ ਜਾਂਦੇ ਆਪਣੇ ਪਾਠਕਾਂ ਨੂੰ ਜਾਂ ਸਾਡੇ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ? ਹਾਂਜੀ, ਦੇਖੋ ਮੈਂ ਸੁਨੇਹਾ ਤਾਂ ਕੀ ਦੇਣਾ, ਮੈਂ ਮਤਲਬ ਇੱਕ ਇਸ ਪੱਖੋਂ ਸੁਝਾਅ ਦੇਣਾ ਚਾਹਾਂਗਾ ਕਿ ਜਿਹੜਾ ਸਾਡਾ ਸ਼ਬਦ ਦਾ ਪੜ੍ਹਨਾ ਹੈ, ਪੜ੍ਹਨ ਦਾ ਜਿਹੜਾ ਸਾਡੀ ਪੁਸਤਕ ਹੈ ਉਹ ਬਹੁਤ ਜ਼ਿਆਦਾ ਵੱਡੀ ਚੀਜ਼ ਹੁੰਦੀ ਹੈ। ਚਾਹੇ ਮੀਡੀਆ ਹੈ ਸਾਡੇ ਕੋਲ, ਜਿਹੜਾ ਟੀ ਵੀ ਹੈ, ਮਤਲਬ ਜਿਹੜਾ ਟੀ ਵੀ ਜਦੋਂ ਸਾਡੇ ਬੱਚੇ ਵੀ ਨੇ, ਖਾਸ ਕਰਕੇ ਜਦੋਂ ਟੀ ਵੀ ਦੇਖਦੇ ਨੇ ਉਹ ਉਹਨਾਂ ਦਾ ਜਿਹੜਾ ਦਿਮਾਗ ਹੈ ਉਹ ਮਤਲਬ ਅੱਖਾਂ ਨਾਲ ਸਾਰਾ ਕੁਝ ਦੇਖ ਲੈਂਦੇ ਨੇ ਅਤੇ ਕੰਨਾਂ ਨਾਲ ਸਾਰਾ ਸੁਣ ਲੈਂਦੇ ਨੇ, ਦਿਮਾਗ ਕੋਈ ਤਸਵੀਰ ਨਹੀਂ ਬਣਾਉਂਦਾ, ਕੋਈ ਕਲਪਨਾ ਨਹੀਂ ਬਣਾਉਂਦਾ ਜੀ। ਜਦੋਂ ਅਸੀਂ ਨਾਵਲ ਪੜ੍ਹਦੇ ਹਾਂ, ਅਸੀਂ ਕਹਾਣੀ ਪੜ੍ਹਦੇ ਹਾਂ, ਅਸੀਂ ਕਵਿਤਾ ਪੜ੍ਹਦੇ ਹਾਂ, ਤਾਂ ਉਹੀ ਬੱਚੇ ਜਾਂ ਉਹੀ ਸਾਡਾ ਦਿਮਾਗ ਹੈ ਜਿਹੜਾ ਕਲਪਨਾ ਦੇ ਨਾਲ ਉਹ ਸ਼ਕਲਾਂ ਉਹ ਆਪ ਬਣਾਉਂਦਾ, ਆਕਾਰ ਉਹ ਆਪ ਬਣਾਉਂਦਾ। ਇਸ ਦੇ ਲਈ ਉਹ ਹਰ ਬੰਦੇ ਦੇ ਲਈ ਮਤਲਬ ਉਹ ਉਸ ਦੀ ਦਿਮਾਗ ਦੇ ਲਈ ਉਹ ਜ਼ਿਆਦਾ ਫਾਇਦਾ, ਜੇ ਟੀ ਵੀ ਸਾਡੇ 'ਤੇ ਨੁਕਸਾਨ ਕਰ ਰਿਹਾ ਤਾਂ ਜਿਹੜਾ ਪੜ੍ਹਨਾ ਹੈਗਾ ਉਹ ਸਾਨੂੰ ਗਰੋ ਸਾਡਾ ਜਿਹੜਾ ਦਿਮਾਗ ਹੈ ਉਹ ਵਿਕਾਸ ਕਰ ਰਿਹਾ, ਮਤਲਬ ਉਹ ਇੱਕ ਕੰਮ ਲੱਗਿਆ ਹੈ, ਉਹ ਸਾਡੇ ਜਦੋਂ ਸਾਡੀ ਕਲਪਨਾ ਸ਼ਕਤੀ ਵੱਧਦੀ ਹੈ, ਸਾਡੀ ਜਿਹੜੀ ਮਾਨਸਿਕ ਸ਼ਕਤੀ ਵੱਧਦੀ ਹੈ, ਅਤੇ ਸਾਡਾ ਉਸ ਦੇ ਨਾਲ ਜਦੋਂ ਅਸੀਂ ਚੰਗੀ ਰਚਨਾ ਪੜ੍ਹਦੇ ਹਾਂ ਸਾਡਾ ਜੀਵਨ ਦੇ ਨਾਲ ਨਜ਼ਰੀਆ ਬਦਲਦਾ ਬੜੀ। ਮੈਨੂੰ ਮੇਰਾ ਇੱਕ ਇਹੋ ਜਿਹੇ ਪਾਠਕ ਕਈ ਨੇ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਤੁਹਾਡੇ ਨਾਵਲ ਪੜ੍ਹ ਕੇ ਨਸ਼ੇ ਛੱਡ ਗਏ, ਅਸੀਂ ਤੁਹਾਡੇ ਨਾਵਲ ਪੜ੍ਹ ਕੇ ਅਸੀਂ ਮਤਲਬ ਸਾਡੇ 'ਚ ਬੜਾ ਸੁਧਾਰ ਹੋ ਗਿਆ ਜੀ। ਇਹੋ ਜਿਹੇ ਵੀ ਮੈਨੂੰ ਚਿੱਠੀਆਂ ਪਾਉਂਦੇ ਨੇ ਜਾਂ ਫੋਨ ਕਰਦੇ ਨੇ ਕਿ ਤੁਹਾਡੇ ਨਾਵਲਾਂ ਨੇ ਸਾਨੂੰ ਬੜੇ ਗੁੱਝੇ ਸੁਨੇਹੇ ਦਿੱਤੇ ਨੇ, ਸਾਡਾ ਸੁਧਾਰ ਹੋ ਗਿਆ। ਸਾਹਿਤ ਨੇ ਬੜਾ ਹੌਲੀ ਹੌਲੀ ਬੰਦੇ ਦੇ ਅੰਦਰੋਂ ਤਬਦੀਲੀ ਕਰਨੀ ਹੁੰਦੀ ਆ, ਕੋਈ ਸਿੱਧਾ ਕ੍ਰਾਂਤੀ ਨਹੀਂ ਲਿਆਉਣੀ ਹੁੰਦੀ। ਇਸ ਲਈ ਸਾਡੇ ਪਾਠਕਾਂ ਨੂੰ ਸ਼ਬਦ ਦੇ ਨਾਲ ਹਰ ਤਰ੍ਹਾਂ ਦਾ ਸਾਹਿਤ ਪੜ੍ਹਨ ਦੇ ਨਾਲ ਜੁੜਨਾ ਚਾਹੀਦਾ। ਬੇਸ਼ੱਕ ਉਹ ਦੂਜੀਆਂ ਜਿਹੜਾ ਮੀਡੀਆ ਹੈਗਾ, ਟੀ ਵੀ ਵੀ ਦੇਖਣ, ਕੰਪਿਊਟਰ ਦੀ ਵਰਤੋਂ ਵੀ ਕਰਨ, ਫੇਸਬੁੱਕ ਵੀ ਵਰਤਣ, ਹੋਰ ਵੀ ਜੋ ਮਰਜ਼ੀ ਕਰਨ, ਪਰ ਇਸ ਪਾਸੇ ਵੀ ਧਿਆਨ ਦੇਣ, ਇਹਦੇ ਨਾਲ ਉਹਨਾਂ ਨੂੰ ਜ਼ਿਆਦਾ ਮੈਨੂੰ ਲੱਗਦਾ ਵੀ ਫਾਇਦਾ ਹੋਊ। ਅਤੇ ਮੈਂ ਵਿਦੇਸ਼ਾਂ 'ਚ ਦੇਖਿਆ ਲੋਕ ਟੀ ਵੀ ਵਗੈਰਾ ਨੂੰ ਇਸ ਪਾਸਿਓਂ ਟੁੱਟ ਗਏ ਨੇ, ਉਹ ਦੁਬਾਰਾ ਫੇਰ ਕਿਤਾਬਾਂ ਵੱਲ ਆ ਗਏ ਨੇ, ਕਿਤਾਬ ਦੇ ਵੱਲ, ਚਾਹੇ ਉਹ ਕੰਪਿਊਟਰ ਦੇ ਉੱਤੇ ਈ ਬੁੱਕ ਹੈਗੀ ਹੈ, ਚਾਹੇ ਉਹ ਸਾਡੀ ਛਪੀ ਹੋਈ ਪੁਸਤਕ ਹੈਗੀ ਹੈ, ਮਤਲਬ ਉਹ ਉਸ ਦਾ ਗਿਆਨ ਇੱਕੋ ਤੁਹਾਡੇ ਕੋਲ ਲੰਬਾ ਸਮਾਂ ਤੁਹਾਡੇ ਕੋਲ ਰਹਿ ਸਕਦੀ ਹੈ, ਤੁਸੀਂ ਕਿਤੇ ਵੀ ਸਫ਼ਰ ਦੇ ਵਿੱਚ ਬੈਠੇ ਵੀ ਪੜ੍ਹ ਸਕਦੇ ਹੋ, ਤੁਸੀਂ ਉਹ ਕਿਸੇ ਨੂੰ ਪ੍ਰਜੈਂਟ ਵੀ ਕਰ ਸਕਦੇ ਹੋ, ਤੁਸੀਂ ਬੱਚਿਆਂ ਨੂੰ ਵੀ ਸੁਝਾਅ ਦੇ ਸਕਦੇ ਹੋ, ਉਹ ਤੁਹਾਡੇ ਨਾਲ ਰਹਿਣ ਵਾਲੀ ਚੀਜ਼ ਹੈ ਜੀ, ਅਤੇ ਉਹਦਾ ਲੰਬਾ ਅਸਰ ਵੀ ਉਹਦਾ ਬੜਾ ਲੰਬਾ। ਜਿਹੜੀਆਂ ਮੈਂ ਪੁਸਤਕਾਂ ਪੜ੍ਹੀਆਂ ਨੇ ਮੈਨੂੰ ਪਤਾ ਵੀ ਉਹ ਕਿਵੇਂ ਮਤਲਬ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ, ਬੰਦੇ ਦੇ ਅੰਦਰ ਹੌਲੀ ਹੌਲੀ ਤਬਦੀਲੀ ਆਉਂਦੀ ਹੈ, ਚੰਗੀ ਵੀ ਅਤੇ ਕਈ ਵਾਰ ਮਾੜੀ ਵੀ ਹੋ ਸਕਦੀ ਹੈ, ਇਹ ਵੀ ਕੋਈ ਗੱਲ ਨਹੀਂ ਹੈ, ਪਰ ਉਹ ਚੋਣ ਪਾਠਕ ਨੇ ਆਪ ਕਰਨੀ ਹੈ। ਜਦੋਂ ਉਸ ਨੂੰ ਰੁਝਾਨ ਹੋ ਜਾਵੇ, ਜਿਵੇਂ ਬੰਦੇ ਨੂੰ ਵਿਵੇਕ ਬੁੱਧੀ ਪੈਦਾ ਹੋ ਜਾਂਦੀ ਹੈ, ਵਿਵੇਕ ਬੁੱਧੀ ਦਾ ਮਤਲਬ ਹੈ ਮਾੜਾ ਅਤੇ ਚੰਗਾ ਕੀ ਹੈ, ਅਸੀਂ ਜੀਵਨ ਦੇ ਵਿੱਚ ਆਪਣੇ ਆਪ ਪ੍ਰੈਕਟਿਸ ਨਾਲ ਸਾਨੂੰ ਪਤਾ ਲੱਗ ਜਾਂਦਾ ਵੀ ਆਹ ਮਾੜਾ ਕੰਮ ਹੈ, ਚੰਗਾ ਕੰਮ ਹੈ। ਇਸੇ ਤਰ੍ਹਾਂ ਪੜ੍ਹਨ ਦੇ ਨਾਲ ਉਹਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਕਿ ਆਹ ਪੁਸਤਕ ਪੜ੍ਹਨ ਵਾਲੀ, ਆਹ ਨਹੀਂ ਪੜ੍ਹਨ ਵਾਲੀ, ਅਤੇ ਇਸ ਲਈ ਉਹਦਾ ਬੜਾ ਲੰਬਾ ਅਸਰ ਪਾਠਕਾਂ ਉੱਤੇ ਹੁੰਦਾ। ਅਤੇ ਜਿਹੜਾ ਹੈਗਾ ਪੜ੍ਹਨਾ ਜਿਹੜਾ ਹੈਗਾ ਉਹ ਬੁੱਧੀਮਾਨ ਲੋਕਾਂ ਦਾ ਕੰਮ ਹੈ, ਮਤਲਬ ਜੇ ਮਤਲਬ ਬੋਲਣਾ ਵੀ ਜਿਹੜਾ ਹੈਗਾ ਉਹ ਬੁੱਧੀਮਾਨ ਲੋਕਾਂ ਦਾ ਕੰਮ ਹੈ, ਮਨੁੱਖ ਹੀ ਬੋਲ ਸਕਦਾ, ਮਨੁੱਖ ਹੀ ਸ਼ਬਦਾਂ ਦੀ ਵਰਤੋਂ ਕਰ ਸਕਦਾ, ਅਤੇ ਮਨੁੱਖ ਨੂੰ ਮਤਲਬ ਜਿਹੜਾ ਹੈਗਾ ਉਸ ਨੂੰ ਪੜ੍ਹਿਆ ਲਿਖਿਆ ਉਹ ਤਾਂ ਹੈ ਜੇ ਉਹ ਪੁਸਤਕ ਪੜ੍ਹੇ ਜੀ। ਬੇਸ਼ੱਕ ਉਹ ਹਰ ਤਰ੍ਹਾਂ ਦਾ ਗਿਆਨ ਪ੍ਰਾਪਤ ਕਰੇ, ਚਾਹੇ ਉਹ ਉਹਦੇ
ਕਿੱਤੇ ਨਾਲ ਸੰਬੰਧਿਤ ਹੈ। ਸਾਹਿਤ ਜਿਹੜਾ ਹੁੰਦਾ ਉਹ ਮਿਊਜ਼ਿਕ ਵਾਂਗ, ਉਹ ਚਿੱਤਰਕਾਰੀ ਵਾਂਗ, ਉਹ ਸਾਡੇ ਉੱਤੇ ਬਹੁਤ ਸਾਡੇ ਮਨ ਨੂੰ ਖੁਸ਼ ਕਰਦਾ ਅਤੇ ਉਸਾਰੂ ਪ੍ਰਭਾਵ ਸਿਰਜਦਾ। ਇਸ ਲਈ ਸਾਹਿਤ ਪੜ੍ਹਨਾ ਬੜਾ ਜ਼ਰੂਰੀ ਹੈ ਜੀ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਜੀ, ਅਤੇ ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ ਤੁਹਾਡੀ ਲਗਾਤਾਰਤਾ ਜਿਹੜੀ ਉਹ ਬਣੀ ਰਹੇ ਅਤੇ ਇੱਦਾਂ ਹੀ ਸੰਦੇਸ਼ਪੂਰਨ ਰਚਨਾਵਾਂ ਤੁਸੀਂ ਆਪਣੇ ਪਾਠ ਜੀ ਸਿੰਘ ਜੀ ਅਤੇ ਜਗਤਾਰ ਸਿੰਘ ਜੀ, ਤੁਸੀਂ ਸੂਹੀ ਸਵੇਰ ਵੱਲੋਂ ਮੇਰੇ ਕੋਲ ਆਏ, ਆਪਣਾ ਸਮਾਂ ਦਿੱਤਾ ਅਤੇ ਸੂਹੀ ਸਵੇਰ ਦੇ ਦਰਸ਼ਕਾਂ ਦਾ, ਪ੍ਰਬੰਧਕਾਂ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਇਸ ਚੈਨਲ ਨੇ ਮੈਨੂੰ ਪਹਿਲਾਂ ਵੀ ਬਹੁਤ ਉਤਸ਼ਾਹ ਦਿੱਤਾ। ਸੂਈ ਸਵੇਰ ਦਾ ਮੈਂ ਪਾਠਕ ਹਾਂ ਅਤੇ ਸੂਈ ਸਵੇਰ ਦੇ ਉੱਤੇ ਮੇਰੀਆਂ ਮੁਲਾਕਾਤਾਂ ਵੀ ਪਹਿਲਾਂ ਸ਼ਿਵਿੰਦਰ ਸਿੰਘ ਵੱਲੋਂ ਪਾਈਆਂ ਗਈਆਂ ਨੇ ਅਤੇ ਮੇਰੀਆਂ ਪੁਸਤਕਾਂ ਦੇ ਵੀ ਕੁਛ ਅੰਸ਼ ਪਾਏ ਗਏ ਨੇ। ਮਤਲਬ ਮੈਂ ਇਸ ਦੇ ਜਿਹੜਾ ਬਹੁਤ ਜ਼ਿਆਦਾ ਰਿਣੀ ਹਾਂ ਕਿ ਤੁਸੀਂ ਆਪਣਾ ਸਮਾਂ ਦਿੱਤਾ ਅਤੇ ਮੈਨੂੰ ਇਸ ਦੇ ਰਾਹੀਂ ਮੇਰੇ ਪਿਆਰੇ ਦਰਸ਼ਕਾਂ ਨੂੰ ਉਹਨਾਂ ਦੇ ਰੂਬਰੂ ਕੀਤਾ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।